ਇਹ ਦੇਖਦੇ ਆ ਹੁਣ ਇੱਥੇ ਨਜ਼ਰ ਆਏਗਾ ਤੇ ਫੇਰ ਹੀ ਆ ਪਾਰਕ ਚ ਹੋਣਾ ਚਾਹੀਦਾ ਪਾਰਕ ਦੇ ਵਿੱਚ ਹੁਣ ਉਹ ਲੱਗਦਾ ਬੈਠਾ ਹੀ ਉਹ ਦੇ ਉਹ ਵੇਖੋ ਬੈਠਾ ਆਹੋ ਉਹ ਮਾਲਸ਼ੀ ਬੈਠਾ ਬੈਠਾ ਜਦੋਂ ਪਤਾ ਕਰਕੇ ਆਏ ਬੈਠਾ ਚੋੜਾ ਹੋ ਕੇ ਬੈਠਾ ਦੇਖੋ ਤੁਸੀਂ ਇਹਕੋ ਪਤਾ ਕਰਕੇ ਆ ਚਲੋ ਮੈਂ ਪਤਾ ਕਰਕੇ ਜਾਈ ਜਾਈ ਆਪਣੀ ਮੋਟਰਸਾਈਕਲ ਰਹਿਣ ਦੇ ਖਲੋਤੇ ਜਾਂ ਪਤਾ ਕਰਕੇ ਆਏ ਚਲੋ ਮੈਂ ਪਤਾ ਕਰਕੇ ਆਇਆ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਸਰ ਕੀ ਹਾਲ ਹੈ ਠੀਕ ਹੋ ਅੱਛਾ ਮਾਲਿਸ਼ ਕਰਨੀ ਸੀ ਆਜੋ ਬਿਸਮਿਲ੍ਲਾ ਕਰਾਂ ਨਹੀਂ ਮੈਂ ਆਪਣੀ ਨਹੀਂ ਕਰਾਉਣੀ ਮੈਂ ਆਪਣੇ ਪਾਪਾ ਦੀ ਕਰਵਾਉਣੀ ਆ ਪਾਪਾ ਹਾਂਜੀ ਲੈਓ 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 ਅਤੇ ਉਹ ਕਰ ਦੋਗੇ ਉਹਨਾਂ ਦੀ ਚਲੋ ਮੈਂ ਬਲਾਕ ਲੈ ਜਲਦੀ ਆ ਅੱਛਾ ਹਾਂਜੀ ਅਸਲਾਮ ਵਾਲੇਕਮ ਜੀ ਬਿਸਮਿਲ੍ਲਾ ਬਿਸਮਿਲ੍ਲਾ ਭਾਜੀ ਭਾਜੀ ਕੀ ਹਾਲ ਠੀਕ ਠਾਕ ਬੈਠੋ ਮੈਂ ਮਾਲਿਸ਼ ਕਰਨੀ ਸੀ ਇਹਨਾਂ ਦੀ ਹਾਂਜੀ ਬੱਚੇ ਨੂੰ ਭੇਜਿਆ ਮੈਂ ਪਤਾ ਤਾਂ ਕਰਕੇ ਆਓ ਜ਼ਰਾ ਕਹਿੰਦੇ ਮਾਲਿਸ਼ ਹੀ ਬੈਠਾ ਆ ਤੁਸੀਂ ਇਹਨਾਂ ਨੂੰ ਲੈ ਕੇ ਮਾਲਿਸ਼ ਮੇਰੇ ਪਾਪਾ ਨੇ ਮੈਂ ਤੁਹਾਨੂੰ ਮਾਲਿਸ਼ ਕਰਵਾਉਣੀ ਇਹਨਾਂ ਤੁਹਾਡੇ ਪਾਪਾ ਕਰ ਦਿੰਦੇ ਭਾਜੀ ਭਾਜੀ ਅੱਗੇ ਹੋ ਥੋੜ੍ਹਾ ਜਿਹਾ ਭਾਜੀ ਹੋਰ ਭਾਜੀ ਸੁਣਾਓ ਮਾੜਾ ਜਿਹਾ ਅੱਗੇ ਹੋਵੋ ਜ਼ਰਾ ਇੱਥੇ ਕਹੋ ਜ਼ਰਾ ਭਾਜੀ ਵੈਰੀ ਗੁੱਡ ਐਨ ਮਾੜਾ ਔਨ ਮੂੰਹ ਕਰੋ ਜ਼ਰਾ ਲਓ ਹਾਂ ਭਾਜੀ ਭਾਜੀ ਪਹਿਲੇ ਵੀ ਕਦੀ ਕਰਾਈ ਮਾਲਿਸ਼ ਮਾਲਿਸ਼ ਕਰਾਉਂਦੇ ਰਹੀਦਾ ਭਾਜੀ ਨਹੀਂ ਨਹੀਂ ਭਾਜੀ ਕਰ ਦਿੰਦੇ ਮਾਲਿਸ਼ ਅਤੇ ਆਪਣੀ ਰਸ਼ ਇੱਥੇ ਕਿਤੇ ਲੱਗ ਗਈ ਇਹ ਨਾਲ ਹੀ ਰਸ਼ ਆਪਣੀ ਅੱਛਾ ਇੱਥੇ ਕਲੋਨੀ 'ਚ ਜੀ ਜੀ ਹਾਂ ਮੈਂ ਆਉਂਦਾ ਜਾਂਦਾ ਰਹਿੰਦਾ ਭਾਜੀ ਦੱਸਿਆ ਕਰੋ ਜਦੋਂ ਮੇਰਾ ਨੰਬਰ ਲਿਖ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਜੇ ਪਤਾ ਕਰਕੇ ਆ ਬੇਟਾ ਉੱਥੇ ਮਾਲਿਸ਼ ਹੈਗਾ ਕਹਿੰਦੇ ਤੁਸੀਂ ਬੈਠੋ ਮੈਂ ਪਤਾ ਕਰਕੇ ਆਉਂਦਾ ਅਤੇ ਕੰਮ ਓਲਾ ਵੱਲੋਂ ਲੰਘ ਰਹੇ ਤਾਂ ਤੁਹਾਡੇ 'ਤੇ ਧਿਆਨ ਪੈ ਗਿਆ ਮੈਂ ਇੱਥੇ ਭਾਜੀ ਘੰਟਾ ਅੱਧਾ ਘੰਟਾ ਬਹਿਣਾ ਹੁੰਦਾ ਉਹ ਤੁਹਾਡੇ ਵਰਗੇ ਅਫਸਰ ਲੋਕ ਚੌਰੀ ਲੋਕ ਆ ਜਾਂਦੇ ਫਿਰ ਮੇਰੇ ਕੋਲ ਜ਼ਰਾ ਇੱਥੇ ਘਟਾਈ ਘਟੂਈ ਕਰਦਾ ਨਹੀਂ ਤੁਸੀਂ ਆਇਆ ਕਰੋ ਇੱਥੇ ਪਤਾ ਹੋਵੇ ਨਾ ਤੁਸੀਂ ਇੱਥੇ ਹੈਗਾ ਤਾਂ ਬੰਦਾ ਚਲੋ ਅੱਧਾ ਘੰਟਾ ਆ ਜਾਂਦਾ ਇੱਧਰ ਉਹ ਮੈਂ ਭਾਜੀ ਫਿਰ ਅੱਧਾ ਘੰਟਾ ਗੁਲਬਰਗ ਵਾਲੀ ਸਾਈਡ 'ਤੇ ਵੀ ਲਾਉਣਾ ਹੁੰਦਾ ਉੱਧਰ ਕਿਉਂ ਲਾਉਣਾ ਬਹੁਤੇ ਪੈਸੇ ਦਿੰਦੇ ਉਹ ਉੱਥੇ ਪਤਾ ਕਿ ਚਾਰ ਕੁ ਜੀ ਲੱਗੇ ਆ ਉਹ ਫਿਰ ਜ਼ਰਾ ਨੱਪ ਨਪਈਆ ਕਰਕੇ ਗੁਰ ਦਾਲ ਬੋਟੀ ਲੱਭ ਜਾਂਦੀ ਆ ਤੁਹਾਡੇ ਵੀ ਮਤਲਬ ਬਾਨ ਟੈਪ ਹੁੰਦਾ ਕੰਮ ਹਾਂਜੀ ਉਹ ਭਾਜੀ ਪਤਾ ਕੀ ਹੈ ਉਹ ਕਈ ਅਫਸਰ ਬੰਦੇ ਆ ਨਾ ਜਿਹੜੇ ਜਿਹਨਾਂ ਦਾ ਕੰਮ ਸ਼ੰਮ ਚੰਗਾ ਹੁੰਦਾ ਉਹ ਫਿਰ ਰਾਤ ਨੂੰ ਜਦੋਂ ਆਉਂਦੇ ਆ ਨਾ ਘਰਾਂ ਨੂੰ ਉਹ ਥਕਾਵਟ ਹੋਈ ਹੁੰਦੀ ਉਹ ਫਿਰ ਮੈਨੂੰ ਬੁਲਾਉਂਦੇ ਮੇਰਾ ਨੰਬਰ ਹੈਗਾ ਉਹਨਾਂ ਦੇ ਕੋਲ ਉਹ ਮੈਨੂੰ ਕਹਿੰਦੇ ਆ ਜਾ ਫਿਰ ਮੈਂ ਭਾਜੀ ਫਿਰ ਤੁਹਾਨੂੰ ਪਤਾ ਫਿਰ ਮੇਰੇ ਹੱਥ ਦਾ ਕਮਾਲ ਮੈਂ ਪਿੰਨੀ ਪੋਲੀ ਕਰ ਸਰ ਦਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੂੰ ਸ਼ੁੱਧ ਕਰ ਦੇਣਾ ਹੁੰਦਾ ਨਹੀਂ ਨਹੀਂ ਵੈਰੀ ਗੁੱਡ ਕੰਮ ਕੋਈ ਵੀ ਅੱਛਾ ਕਰਦਾ ਹੋਵੇ ਨਾ ਤੇ ਬੰਦਾ ਖੁਦ ਬ ਖੁਦ ਉੱਥੇ ਜਾਂਦਾ ਸੂਤਰ ਮੰਡੀ ਤੇ ਭਾਜੀ ਵਾਹਵਾ ਗਾਹਕ ਲੱਗੇ ਆਪਣੇ ਘੰਟਾ ਘਰ ਨੀ ਸੂਤਰ ਵੇਚਦੇ ਨਾਲ ਨਹੀਂ ਨਹੀਂ ਭਾਜੀ ਹਾਂ ਉਹ ਜਿਹੜੇ ਸੂਤਰ ਵੇਚਦੇ ਨਾ ਬੰਦੇ ਸੂਤਰ ਵੇਚਦੇ ਉਹ ਮੋਟੀਆਂ ਪਾਲਟੀਆਂ ਯਾਨੀ ਉਹ ਤਾਂ ਕੋ ਘਟਾਉਂਦੇ ਤੂੰ ਗੱਲ ਇੰਜ ਕਰਨੇ ਆ ਵੀ ਜਿਵੇਂ ਪਤਾ ਨਹੀਂ ਤੂੰ ਸੂਤਰ ਦਿੰਦਾ ਉਹਨਾਂ ਨੂੰ ਵੇਚਣ ਵਾਸਤੇ ਨਹੀਂ ਭਾਜੀ ਮੈਂ ਤਾਂ ਮਾਲਿਸ਼ ਕਰਦਾ ਮਾਲਿਸ਼ੀ ਆ ਕਹਿ ਨਾ ਫਿਰ ਤੁਸੀਂ ਕੰਮ ਸ਼ੰਮ ਭਾਜੀ ਕੀ ਕਰਦੇ ਮੈਂ ਅਲਹਮਦੁਲਿਲਾ ਜੀ ਬਿਜ਼ਨਸ ਆਪਣਾ ਛੋਟਾ ਜਿਹਾ ਐਡਾ ਕੁ ਐਡਾ ਕੁ ਬਿਜ਼ਨਸ ਹੁੰਦਾ ਆ ਐਡਾ ਕੀ ਹੁੰਦਾ ਭਾਈ ਚਾਰਜਰ ਹੁੰਦਾ ਐਡਾ ਤਾਂ ਸੱਚ ਆਹ ਅਤੇ ਕੀ ਕੰਮ ਸ਼ੰਮ ਕੀ ਕਰਦੇ ਕਾਫੀ ਚੌਕਸ ਹੋਇਆ ਤੂੰ ਅੱਜ ਦਿਹਾੜੀ ਵਧੀ ਬਹੁਤੀ ਲੱਗ ਗਈ ਭਾਜੀ ਅੱਜ ਕਿੱਥੇ ਲੱਗੀ ਆ ਰੁਪਈਆ 300 ਫੜਿਆ ਸਵੇਰ ਦਾ ਸ਼ਾਮ 300 ਜਦੋਂ ਫੜਿਆ ਹੋਵੇ ਉਦੋਂ ਬਹੁਤਾ ਚੌਕਸ ਹੁੰਦਾ ਤਾਂ ਉਹ ਨਹੀਂ ਭਾਜੀ ਨਹੀਂ ਅਗਲੇ ਤਾਂ ਮੱਤ ਵੱਜੀ ਹੁੰਦੀ ਅਗਲੇ ਤੋਂ ਗੱਲ ਨਹੀਂ ਆਉਂਦੀ ਤੂੰ ਗੱਲਾਂ ਬੜੀਆਂ ਕਰਦਾ ਹੈ ਭਾਜੀ ਵਿਹਲਿਆਂ ਗੱਲਾਂ ਹੀ ਕਰਨੀਆਂ ਕੀ ਕਰੀਏ ਹੁਣ ਵਿਹਲੇ ਹੁਣ ਤੈਨੂੰ ਘਾਹ ਪੁੱਟਣ 'ਤੇ ਲਾ ਦਈਏ ਵੀ ਤੇ ਮੂੰਹ ਨਾਲ ਘਾਹ ਪੁੱਟੀ ਜੇ ਨਹੀਂ ਭਾਜੀ ਮੇਰਾ ਕਾਫੀ ਹੁਣ ਗਾਹ ਗਾਉਣ ਤੇ ਕੋ ਆਇਆ ਆ ਹੁਣ ਤੇਰੇ ਕੋਲ ਅਸੀਂ ਤੁਹਾਡੀ ਹੁਣੇ ਸ਼ੁੱਧ ਕਰ ਦਿੰਦੇ ਭਾਜੀ ਤੁਹਾਨੂੰ ਹੁਣੇ ਸ਼ੁੱਧ ਕਰ ਦਿੰਦੇ ਹਾਂ ਦੇਖੋ ਨਾ ਤੇਲ ਮੈਂ ਰੱਖੇ ਭਾਜੀ ਹਰ ਕਿਸਮ ਦਾ ਤੇਲ ਆ ਭਾਜੀ ਬੇਫਿਕਰ ਹੋ ਜਾਓ ਤੁਹਾਡੀ ਤਕਦੀਰ ਚੌਕਸ ਕਰ ਦਿਆਂਗਾ ਮੈਂ 3-4 ਦਿਨ ਹੋ ਗਏ ਯਾਰ ਤਬੀਅਤ ਬੜੀ ਨਸਾਸ ਹੈ ਕਿਤੇ ਦਵਾਈ ਲਓ ਕੀ ਗੱਲ ਨਹੀਂ ਦਵਾਈ ਨਹੀਂ ਵੈਸੇ ਥਕਾਵਟ ਹੋਈ ਆ ਹੋਰ ਅੱਛਾ ਢਿੱਲਾ ਜਿਹਾ ਕੰਮ ਹੋਇਆ ਮੈਂ ਨਾ ਚੌਕਸ ਕਰ ਦੂੰ ਜਦੋਂ ਮੈਂ ਕਰਕੇ 3 ਕਤਰੇ ਪਾਏ ਤੁਹਾਡੀ ਤਬੀਅਤ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਚੌਕਸ ਹੋ ਜਾਏਗਾ ਅੰਦਰ ਪੂਰੀ ਬਿਜਲੀ ਐਂ ਕਰਕੇ ਘੁੰਮੇਗੀ ਸਾਰੇ ਪੱਠੇ ਖੋਲ ਦਿਆਂਗਾ ਮਾਸ਼ਾਅੱਲਾ ਮਾਸ਼ਾਅੱਲਾ ਇਹਦਾ ਕੰਮ ਠੀਕ ਜਾਣਦੇ ਪੜੋ ਤੇ ਰਾਤ ਦੇ ਭਾਜੀ ਆ ਵੇਖਿਓ ਜ਼ਰਾ ਇਹ ਆ ਇਹ ਹੱਥ ਠੀਕ ਹੈ ਇਹ ਵੇਖੋ ਭਾਜੀ ਜ਼ਰਾ ਇਹ ਇਹ ਵੇਖਣਾ ਜ਼ਰਾ ਤੁਸੀਂ ਇਹ ਹੱਥ ਠੀਕ ਹੈ ਹਾਂ ਤੁਹਾਡਾ ਵੀ ਹੱਥ ਠੀਕ ਆ ਕਿਤੇ ਪੇੜੇ ਲਾਉਂਦੇ ਰਹੇ ਹੱਥ ਵਾਵਾ ਮੋਟੇ ਹੋਏ ਮੈਂ ਕੀ ਗੱਲ ਪੇੜੇ ਵਾਲੇ ਦੇ ਹੱਥ ਮੋਟੇ ਆ ਪੂਰਾ ਕਰੋ ਤੁਸੀਂ ਛੱਡੋ ਗੱਲਾਂ ਵੀ ਕਰੀ ਜਾਓ ਨਾਲ ਨਾਲ ਇਹ ਵੇਖੋ ਇਹ ਵਾਹ ਜੀ ਵਾਹ ਕਿਉਂ ਇਹ ਪਟਾਕਾ ਕੱਢਾਂ ਮੈਂ ਇਹ ਲੱਗਦਾ ਪਹਿਲੇ ਹੀ ਕਢਾਏ ਆ ਕਿਤੇ ਹੈ ਹੀ ਨਹੀਂ ਪਟਾਕੇ ਹਾਂ ਅਦਰਕ ਟੈਪ ਹੋਇਆ ਅੰਗੂਠਾ ਕੀ ਗੱਲ ਐਡਾ ਛੋਟਾ ਅੰਗੂਠਾ ਭਾਜੀ ਤੈਨੂੰ ਅੰਗੂਠਾ ਐਡਾ ਚਾਹੀਦਾ ਵੀ ਮੈਂ ਇੱਥੇ ਹੋਵਾਂ ਤਾਂ ਅੰਗੂਠਾ ਤੇਰੇ ਮੂੰਹ ਕੋ ਪਹੁੰਚਿਆ ਨਹੀਂ ਨਹੀਂ ਇਹ ਪਟਾਕਾ ਇਹ ਪਟਾਕਾ ਇਹ
ਐ ਵੇਖੋ ਮੈਂ ਤੁਹਾਡਾ ਪਟਾਕਾ ਕੱਢ ਦਿਆਂਗਾ। ਓਏ ਨਾ ਓਏ, ਅੱਛਾ ਇੱਕ ਮਿੰਟ ਠਹਿਰ। ਐ ਭਾਅ ਜੀ ਇਹ ਪਟਾਕੇ ਮੇਰਾ ਹੀ ਕੰਮ ਆ, ਕੱਢ ਦੇਣਾ। ਇਹ ਬੰਦ ਪਟਾਕੇ ਵੀ ਮੈਂ ਕੱਢ ਦੇਣਾ ਬੰਦੇ ਦੇ। ਕਿੰਨੀ ਦੇਰ ਤੋਂ ਕੰਮ ਕਰ ਰਿਹਾ ਤੂੰ? ਇਹ ਮੈਨੂੰ ਹੋਏ 14-15 ਸਾਲ ਭਾਅ ਜੀ। 2000 14-15 ਸਾਲ ਦੇ ਤੈਨੂੰ ਆਇਆ ਨਹੀਂ ਸੀ ਇੰਨੀ ਦੇਰ ਲਾਤੀ? ਨਹੀਂ ਨਹੀਂ ਭਾਅ ਜੀ ਮੈਂ ਤਜਰਬੇ 5 ਦਿਨਾਂ 'ਚ ਕੰਮ ਆਇਆ, ਤੈਨੂੰ 14 ਸਾਲ 'ਚ ਨਹੀਂ ਆਇਆ? ਨਹੀਂ ਨਹੀਂ ਮੈਂ ਕਰੀ ਜਾ ਰਿਹਾ ਵਾਂ ਭਾਅ ਜੀ, ਕੰਮ ਬੰਦ ਨਹੀਂ ਕੀਤਾ, ਮੈਂ ਕੰਮ ਸਿੱਖ ਗਿਆ ਸੀ, ਕਰੀ ਜਾ ਰਿਹਾ ਕੰਮ ਮੈਂ। ਤੇ ਨਹੀਂ ਆਇਆ? ਆਇਆ ਆਇਆ ਕਿਉਂ ਨਹੀਂ ਭਾਅ ਜੀ, ਕੰਮ ਆਇਆ ਸ਼ੀਸ਼ੀਆਂ ਕਿਤੇ ਐਵੇਂ ਆ ਜਾਂਦੀਆਂ। ਅੱਛਾ ਜੀ, ਸ਼ੀਸ਼ੀਆਂ ਬੜੀਆਂ 6300 ਦੀ 1 ਆ। ਹਾਂ ਦਸਣਾ ਤੇਲ ਲਾਓ ਇਹਨਾਂ ਨੂੰ, ਤੁਸੀਂ ਭਰ ਲਓ। ਹੁਣ ਤੁਹਾਨੂੰ ਪਤਾ ਹੀ ਨਹੀਂ ਇਹਦੇ 'ਚ ਹੈ ਕੀ ਕੀ, ਇਹਨਾਂ 'ਚ ਕੀ ਹੈ ਇਹ ਦੱਸਾਂਗਾ ਤੁਹਾਨੂੰ ਮੈਂ ਜਿਹੜਾ ਤੁਹਾਡਾ ਹੁਣ ਕੰਮ ਸ਼ੁਰੂ ਕਰ ਲਈਏ ਯਾਰ। ਆਹ ਫੜ ਦਰਾ ਇੱਧਰੋਂ, ਚੋਰ ਆ ਤੂੰ, ਫੜ ਲੈਂਦੇ ਭਾਅ ਜੀ। ਇਹ ਵੇਖੋ ਯਾਰ, ਇਹ ਜੋੜ, ਇਹ ਜੋੜ ਆ ਜਿਹੜਾ। ਹਾਂ ਇਹ ਕਿੱਥੋਂ ਤੂੰ ਆਇਆ ਕਿੱਥੋਂ? ਮੈਂ ਭਾਅ ਜੀ ਚੰਨੂ ਰਹਿਸ਼ ਆ ਮੇਰੇ ਪਿੱਛੋਂ ਚੰਨੂ। ਤੂੰ ਏਡੀ ਦੂਰੋਂ ਘੁੱਟਣ ਆਇਆ, ਉੱਧਰ ਬੰਦੇ ਲੱਤਾਂ ਨਹੀਂ ਹੈਗੀਆਂ? ਉਹ ਨਹੀਂ ਭਾਅ ਜੀ, ਉਹ ਪਿੰਡ ਥਾਂ ਵਾ ਤੁਹਾਨੂੰ ਪਤਾ, 10-20 ਲੱਤਾਂ ਐ ਨਹੀਂ ਜੇ, ਬਾਹਵਾਂ ਐ ਨਹੀਂ, ਬੰਦੇ ਘਟਾਉਂਦੇ ਨਹੀਂ ਉੱਧਰਲੇ, ਜਾਂ ਬੰਦੇ ਥੱਕਦੇ ਨਹੀਂ ਉੱਧਰਲੇ। ਉਹ ਨਹੀਂ ਉੱਧਰ ਭਾਅ ਜੀ ਮਜ਼ਦੂਰੀ ਨਹੀਂ ਦਿੰਦੇ ਪੂਰੇ, ਉਹ 2-2 ਘੰਟੇ ਘਟਾ ਕੇ ਰੁਪਈਆ ਕਹਿੰਦੇ 30 ਲੈ ਲਓ, 30 ਦਾ ਤਾਂ ਸਮੋਸਾ ਨਹੀਂ ਆਉਂਦਾ, ਸਮੋਸਾ 40 ਦਾ ਕੀਤਾ, ਉਹ ਵੀ ਆਲੂ ਵਾਲਾ। ਇਹ ਪਤਾ ਨਹੀਂ ਬੰਦਿਆਂ ਦੇ ਵਿੱਚ ਕੀ ਆਦਤ ਹੈ ਵੀ ਘਟਾ ਲੈਣਾ ਤਾਂ ਰੁਪਈਏ 30, ਵੀ ਜਦੋਂ ਤੁਸੀਂ ਘਟਾਇਆ ਆ ਤਾਂ ਤੁਸੀਂ 20 ਕੁ ਦੇਣ ਡੇ, ਤੁਸੀਂ ਕੋਈ 10-15 ਰੁਪਈਏ ਦਿਓ, ਚਲੋ ਅਗਲਾ। ਇਹ ਭਾਅ ਜੀ ਕੀ ਗੱਲ ਹੋ ਗਈ? ਨਹੀਂ 10-15 ਰੁਪਈਆ ਮਤਲਬ ਦੇਣਾ ਚਾਹੀਦਾ ਹਿਸਾਬ ਤੁਹਾਡਾ ਵੀ ਮੈਨੂੰ ਆਟੋਮੈਟਿਕ ਹੀ ਲੱਗਦਾ। ਨਹੀਂ ਨਹੀਂ ਆਟੋਮੈਟਿਕ ਸਹੀ ਹੈ ਸਾਹਿਬ। ਹੋਰ ਸੁਣਾ, ਬੱਚੇ ਕਿੰਨੇ ਤੇਰੇ? ਬੱਚੇ ਭਾਅ ਜੀ ਸ਼ਾਦੀ ਨਹੀਂ ਕਰਾਈ। ਸ਼ਾਦੀ ਨਹੀਂ ਕਰਾਈ? ਕੀ ਰੌਲਾ ਕੀ ਹੈ? ਉਹ ਰੌਲਾ ਭਾਅ ਜੀ ਛੱਡੋ ਪਰੇ ਤੁਸੀਂ। ਨਹੀਂ ਛੱਡ ਤਾਂ ਸਹੀ। ਉਹ ਨਹੀਂ ਭਾਅ ਜੀ ਤੁਸੀਂ ਉਹ ਦੱਸ ਤਾਂ ਸਹੀ ਪਾਗਲਾ, ਅਸੀਂ ਕਿਹੜੇ ਕੋਲ ਅੱਲਾ ਮਾਫੀ ਤੋਂ ਵੈਸੇ ਗੱਲ ਕਰ ਰਹੇ ਹਾਂ। ਉਹ ਭਾਅ ਜੀ ਮੈਂ ਤੂੰ ਜੋ ਐਡੀ ਦੂਰੋਂ ਮੀਆਂ ਚੰਨੂ ਤੋਂ ਆ ਕੇ ਪ੍ਰਦੇਸ਼ ਗਏ, ਇੱਥੇ ਕਿੱਥੇ ਰਹਿੰਦਾ? ਕਿੱਥੇ ਆ ਇੱਥੇ ਭਾਅ ਜੀ? ਲਾਰੀ ਅੱਡੇ ਕਮਰਾ ਲਿਆ, ਉੱਤੇ 8-10 ਜੀਆਂ ਸੀ, ਇੱਥੇ ਲਾਰੀ ਅੱਡੇ ਕਮਰਾ ਲਿਆ ਭਾਅ ਜੀ, 8-10 ਮੁੰਡੇ ਅਸੀਂ ਰਲ ਕੇ ਉੱਥੇ ਇੱਕ ਕਮਰੇ 'ਚ। ਆਹੋ ਭਾਅ ਜੀ ਤੁਸੀਂ ਤਾਂ ਇੱਕ ਜਣਾ ਤੇਲ ਲਾਉਂਦਾ ਹੋਣਾ ਅਤੇ 9 ਨੂੰ ਆਪ ਲੱਗ ਜਾਂਦਾ ਹੋਣਾ, 10-11 ਬੰਦੇ ਇੱਕੋ ਕਮਰੇ 'ਚ? ਇੱਕੋ ਕਮਰੇ 'ਚ। ਤੁਸੀਂ ਕਮਰੇ ਕੀ ਮਤਲਬ ਅੰਦਰ ਹੋਏ ਆ ਤੁਸੀਂ? ਉਹ ਨਹੀਂ ਭਾਅ ਜੀ ਅਸੀਂ ਰਾਤ ਨੂੰ ਪੈਸੇ ਪਾ ਕੇ ਫਿਰ ਕਮਰਾ ਲਿਆ ਨਾ, ਇਕੱਲਿਆਂ ਬਹੁਤ ਮਹਿੰਗਾ ਪੈਂਦਾ ਭਾਅ ਜੀ। ਕਮਰਾ ਤਾਂ ਇੰਨੇ ਜੇ ਮੁੱਲ ਲੈ ਲੈਂਦੇ 10 ਜਣੇ, ਤੂੰ ਕਿਰਾਏ 'ਤੇ ਲਿਆ ਤੁਸੀਂ, ਕਿੰਨਾ ਕਿਰਾਇਆ ਦਿੰਦੇ? ਉਹਦਾ ਅਸੀਂ ਦਿੰਦੇ 12,000 10 ਮੁੰਡੇ ਤਾਂ ਕੋਈ ਮਹਿੰਗਾ ਨਹੀਂ ਹੈਗਾ, 1000 ਰੁਪਈਆ ਮੁੰਡਾ ਪਿਆ। ਹਾਂਜੀ 1100-1100 ਪੈਂਦਾ। ਅੱਛਾ ਅਤੇ ਰੋਟੀ ਆਪਣੀ? ਆਪਣੀ ਤਾਂ ਆਪਣੀ ਹੁੰਦੀ, ਹੋਰ ਹਵਾ 'ਚ ਫੜੀ ਦੀ। ਹਵਾ 'ਚ ਕੋਈ ਪਤੰਗ ਆ ਉਹ? ਹਵਾ 'ਚ ਫੜਨੀ ਰੋਟੀ ਆਪਣੀ ਖਾਣੀ ਪੈਂਦੀ ਹੈ। ਰੋਟੀ ਕਿੰਨੇ ਦੀ ਖਾ ਲੈਣਾ ਤੂੰ? ਉਹ 3 ਟਾਈਮਾਂ ਦੀ ਬਣ ਜਾਂਦੀ ਹੈ, ਕੋਈ 300-350 ਦੀ, ਜਿੱਦਣ ਗੋਸ਼ਤ ਖਾਈ ਉੱਦਣ ਰੁਪਈਆ 500 ਲੱਗ ਜਾਂਦਾ। ਅਤੇ ਕਿੱਦਣ ਖਾਂਦਾ ਗੋਸ਼ਤ ਜੀ? ਜਿੱਦਣ ਕਿਸੇ ਨੇ ਪਕਾਇਆ ਹੋਵੇ। ਇਦੋਂ ਇੱਥੇ ਅਗਰ ਆਉਣਾ ਤਾਂ ਆ ਜਾਇਆ ਕਰ, ਮੈਂ ਅਸੀਂ ਜੁਮੇਰਾਤ ਦੀ ਰੋਟੀ ਦਿੰਦੇ ਹਾਂ ਅਤੇ ਅਸੀਂ ਬਾਹਰ ਵੀ ਦਿੰਦੇ, ਤੈਨੂੰ ਦੇ ਦਿਆ ਕਰਾਂਗੇ। ਇਹ ਜੁਮੇਰਾਤ ਦੀ ਰੋਟੀ ਖਾਂਦਾ ਮੈਂ? ਨਹੀਂ ਤੇਰੀ ਗੱਲ ਕਰਦਾ, ਇਹ ਤੁਸੀਂ ਮੈਨੂੰ ਬੁੱਧ ਦੀ ਦਿਓ, ਜੁਮੇਰਾਤ ਦੀ ਗੱਲ ਹੀ ਦੇਣੇ? ਨਹੀਂ ਜੁਮੇਰਾਤ ਦੀ ਕੀ? ਹਾਂ ਨਹੀਂ ਨਹੀਂ ਭਾਈ ਆ ਤਾਂ ਉਹ ਤਾਂ ਦੂਏ ਬੰਦੇ ਲੈਂਦੇ, ਮੈਂ ਨਹੀਂ ਲੈਂਦਾ ਜੁਮੇਰਾਤ। ਦੂਏ ਬੰਦੇ ਕਿਉਂ ਲੈਂਦੇ? ਉਹ ਬੰਦੇ ਨਹੀਂ, ਬੰਦੇ ਨਹੀਂ ਹੈਗੇ, ਤੂੰ ਮਾਲਿਸ਼ ਕਰਾ ਭਰਾ। ਨਹੀਂ ਤੂੰ ਕਿਹਾ ਗੋਸ਼ਤ, ਮੈਂ ਕਿਹਾ ਜੁਮੇਰਾਤ ਨੂੰ ਪਕਾਉਂਦੇ ਹਾਂ ਤਾਂ ਤੈਨੂੰ ਭੇਜ ਦਿਆ ਕਰਾਂਗੇ। ਆਹੋ ਇੱਦਾਂ ਕਹਿਣਾ ਤੂੰ, ਫਿਰ ਜੁਮੇਰਾਤ ਦੀ ਵਿੱਚ ਰੋਟੀ ਪਾ ਲਈ, ਉਹ ਜਰਾ ਉਹਨੇ ਕੰਮ ਖਰਾਬ ਕੀਤਾ ਗੱਲ ਨੇ। ਮਰੇ ਬੰਦੇ ਨੇ ਕੱਪੜੇ ਵੀ ਲੈ ਲੈਂਦਾ ਹੁੰਦਾ, ਉਹ ਸਾਡੇ ਇੱਥੇ ਦਿੰਦੇ ਆ ਨਾ ਸਾਰੇ। ਤੂੰ ਪ੍ਰਦੇਸ਼ 'ਚੋਂ ਆਇਆ ਐਡੀ ਦੂਰੋਂ ਪਾਗਲਾ, ਸਾਡੇ ਸ਼ਹਿਰ 'ਚ ਕੰਮ ਕਰਨੇ ਆ ਅਤੇ ਮਰੇ ਬੰਦੇ ਨੇ ਕਿਹੜਾ ਕਬਰ 'ਚੋਂ ਉੱਠ ਕੇ ਕਹਿਣਾ ਮੇਰੇ ਪੈ ਮੇਰੇ ਮੇਰੇ ਕੱਪੜੇ ਲਾ? ਅਤੇ ਇੱਥੇ ਜੀਂਦੇ ਉੱਦਾਂ ਹੀ ਫਿਰੀ ਜਾਣ ਡੇ, ਉਹਨਾਂ ਦਾ ਜੋੜਾ ਦੇ ਦੇ ਮੈਨੂੰ। ਨਹੀਂ ਹੁਣ ਉਹਨਾਂ ਦਾ ਜੋੜਾ ਤੈਨੂੰ ਪੂਰਾ ਨਹੀਂ ਆਉਣਾ, ਅਕਸਰ ਮਰਿਆਂ ਦਾ ਆਉਣਾ ਹੈ ਕਿਉਂਕਿ ਗਿੱਟੇ ਗਿੱਟੇ ਬਹੁਤੇ ਮਰਦੇ। ਤੈਨੂੰ ਕਿ ਫੌਤਗੀਆਂ ਮੇਰੇ ਨਾਪ ਦੀਆਂ ਹੋ ਰਹੀਆਂ ਲਾਗੇ 'ਚ? ਨਹੀਂ ਨਹੀਂ ਬੰਦੇ ਤੇਰੇ ਨਾਪ ਦੇ ਮਰਦੇ ਤੇ ਭਾਅ ਜਾਣ ਦਿਆ ਕਰ, ਤੇਰਾ ਇੱਕ ਭਲਾ ਕਰਨ ਇਹ ਆਗੂ, ਭਾਅ ਜਾਣ ਦਿਆ ਕਰ। ਪਰ ਤੂੰ ਜੋ ਆਖਰਤ ਵਾਲਾ ਸਮਾਨ ਮੇਰੇ ਪੱਲੇ ਪਾਈ ਜਾਣ? ਹਾਂ ਕਾਲੇ ਮਾਂ ਦਾ ਆਂਡੇ ਲੈ ਲੈਂਦਾ ਹੁੰਦਾ? ਉਹ ਨਹੀਂ ਉਹ ਮੈਂ ਨਹੀਂ ਆਂਡੇ ਉਂਡੇ ਲੈਂਦਾ। ਉਹ ਆਂਡੇ ਉੱਥੇ ਜਾ ਕੇ ਪਕਾ ਲਿਆ ਕਰ, ਕਾਲੇ ਮਾਵਾਂ ਦੇ ਵਿੱਚ ਆਂਡੇ ਪਾਏਗਾ, ਤੈਨੂੰ ਪਤਾ ਹੀ ਨਹੀਂ ਉਹਦਾ ਜ਼ਾਇਕਾ ਕਿੱਦਾਂ ਦਾ ਬਣਨਾ ਹੈ। ਤੁਸੀਂ ਖਾਂਦੇ ਰਹੇ ਜੀ? ਹੈਂ ਅਸੀਂ ਤਾਂ ਖਾ ਲਈ ਦਾ, ਕੋਈ ਐਸੀ ਗੱਲ ਨਹੀਂ ਹੈ। ਸਹੀ ਹੈ, ਪਤਾ ਕੀ ਹੈ ਭਾਅ, ਉੱਥੇ ਸਾਡੇ ਕੋਲ ਨਾ ਗੈਸ ਆ ਨਾ ਗੱਲ ਆ ਨਾ ਬਾਤ। ਬੱਕਰੇ ਦੀ ਸਿਰੀ ਲੈ ਲੈਂਦਾ, ਇਹ ਸਾਰੀ ਸਖਾਵਤ ਅੱਜ ਹੀ ਕਰਨੀ ਹੈ ਤੂੰ? ਉਹ ਨਹੀਂ ਯਾਰ ਸਿੱਟਦੇ ਨੇ ਆ ਜਿਹੜੇ ਜਿੰਨੇ ਆ ਯਾਰ ਸਾਰੇ ਦਿੰਦੇ ਨੇ। ਤੂੰ ਐਡੀ ਦੂਰੋਂ ਮੀਆਂ ਚੰਨੂ ਆਇਆ ਆ ਅਤੇ ਤੂੰ ਜਿੰਨੀਆਂ ਕੋਠੀਆਂ ਜਿੰਨੇ ਇੱਥੇ ਮੌਲ ਆ, ਪਾਗਲਾ ਇਕੱਲੇ ਇਕੱਲੇ ਘਰ 'ਚੋਂ ਵੀ ਇੱਕ ਇੱਕ ਸਿਰੀ ਆਵੇ ਤਾਂ 300 ਸਿਰੀ ਆ ਜਾਂਦੀ ਹੈ, ਕੀ ਹੋ ਗਿਆ ਤੈਨੂੰ?
तंदरुस्त बंदे होंगे पीर आ पिछे बच्चे किन्ने तेरा तो विह नहीं होया कदों करा तू शाम करा कि होना विह हूं लंघ गया टाइम टाइम लंघ गया आहो डेट एक्सपायर हो गया और नहीं डेट नहीं एक्सपायर हो गई नहीं वही हो गया है और तू ब्याह करवा पागला तू कितने पैसे दिहाड़ी से कमाना है और हूँ जरा शीन ढिला हो 1500-1600 कमा ली दा डेली हाँ जो कितने ले जाने हैं ब्याह करा ते खर्चे जड़े हो खर्चे तू बड़ा पेट्रोल भी ना आने है बस 1600 ना पा जो न्याणे होंगे फिर बंदा बिश तो होंगे तंग होंगे कोई मीटर कट्टा आ गया कोई गैस कट्टा आ गया नहीं तू कटाया ना कर टाइम ना बिल तार कर तो मैं 1500-1600 डेली कमा के कितों तार 1500 डेली तू कमा है तो किन्ने बनते महीने तेन पता इस गल आहो तो फिर जुआ तो नहीं खेडता तू और रब तो रहम मंग इदा काम नहीं करता मैं नहीं तो फिर तेरे कितों खर्चे इन्ने निकल आए तो तू शादी ये दस क्यों नहीं की है कि? ओ पा सच्ची गल दसा तेन हाँ मैनू याद ही नहीं रहा लै याद नहीं रहा पागला इतने कोई ऐसी गल है तो अपने इतने बड़े वाकफ ने डॉक्टर की ये वो मैं क्या पता कहता कोई कुड़ी वाले वाकफ है तो डॉक्टर मैं की कहना नहीं होंगे ना बंदा कोई तबीयत नहीं सही रही तबीयत मेरी सैट आ तेरी दवा चाहिए 100 बैठक ला बन गया है 100 बैठक ला मैं 100 के ला 50 ही चंगी ला लिया कर तू जो इनिया ला 100 नहीं 100 भी ठीक होंगी अच्छा जी तेरे अबे का नाम की है अली बख्श तेरे का शाबाश नहीं वैसे पूछे भी हाँ हो मैं अपने ना दसन दिया और मैं तो पर्चियां कटिया अली बख्श तो काम की करता हो वो अल्लाह नू प्यारे हो गए देख ला वो किड्डा के चंगा अल्लाह नू प्यारा हो गया तू भी हो जा पाप है हाँ तेरी मैं मालिश कर रहा सेट कर देंगे तेन अच्छा तो चलो अल्लाह खैर करे ब्याह करा ला वैसे यार करवाना चाहिए बाजे वाले तो नहीं है मेरे की मतलब मैं तेन चौल कट के दिते भी खा ला नहीं मैं वैसे पूछ रहा मैं नहीं दादे भी तेन मैं चौल कट के दिते पता लाला की है भी बंब चलिया तो मैं दौड़ गया भी आ गए भी इतने रस्ता हर कोई दसदा किराया नहीं कोई दिता किराया तेन कद दी तेरी लकड़ की लत्त चुप करके सिरे लामी दो जग चार जी लामी सिरा ला के निकाह करके कर लिया गल तेरी सही है रिश्ता मैं एक हैगा आ लेकिन मैं पूछ लेना उन्होंने जब पूछा फिर आके मालिश करा ली कुड़ी जिहड़ी है ना चंगी है अच्छा जी हाँ लंबर वो है तेको नहीं लंबर नहीं है कुड़ी चंगी है हाँ कुड़ी चंगी है वो लंबर है तेरे को तेन हजार नहीं है नंबर तेन दमा दमा नहीं नहीं मैं पूछा ये मंगया थोड़ी है मैं तो कहना भी है वा कि नहीं कुड़ी है ना माँ प्यो तो कहने घर नहीं हैगी तो वैसे घर ही है आओ अच्छा तो पूछ लिना उन्होंने थोड़ी बरादरी की है अही संधु होंने संधु नहीं तो नहीं फिर की गल साढ़े सिंह निकले नहीं वो बरादरी लाइक नहीं कर वो की करते वो होर ही बरादरी है वो की है जलवैड नहीं परलौट वो सुंगड़ा बरादरी है सुंगड़ा हाँ सुंगड़ा 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 आ जड़ा आ जड़ा हाँ वो सही है ठीक है कि नहीं अच्छा वो तो है कि तू ब्याह करा लेगा ना तेन मालिशा करने की जरूरत कोई नहीं की मतबल नहीं उन्हें आप ही काम करी जाना घर का जरा आहो तो उन्हें करना घर का काम घर का काम होया बाहर का होया सारा उन्हें आप ही करी जाना सिर्फ तू उन्हें घर ही रहना है आओ सुबह उन्हें 8 बजे जाया करना कितने जाया करना वो यार कितने पढ़ी लिखी है अच्छा पढ़ी लिखी भी है आओ पढ़ी लिखी हो कि पढ़ी लिखी ना हो नहीं 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 पढ़ी लिखी है सुबह 8 बजे उन्हें जाया करना 9 बजे रात को आ जाया करना अच्छा भाई है ठीक है
ਬੜਾ ਨਿਕਲਣ ਦਾ ਕਿ ਟਰਾਲੀ ਚਲਾਉਂਦੇ ਆ ਸ਼ਰਟ ਚ ਉੱਪਰ ਹੈ ਸ਼ਰਟ ਚ ਬੜਾ ਘਟਾ ਨਿਕਲਣ ਦਾ ਮੈਂ ਕਿ ਟਰਾਲੀ ਚਲਾਉਂਦੇ ਆ ਟਰਾਲੀ ਮਤਲਬ ਇੱਟਾਂ ਲਾਉਂਦੇ ਵੇਖ ਲਿਆ ਸਾਨੂੰ ਮੈਂ ਕਿਹਾ ਘਟਾ ਬਹੁਤ ਆ ਨਾ ਮੈਂ ਉੱਥੇ ਰੇਤ ਲਾ ਕੇ ਤੇ ਤੇਰੇ ਕੋਲ ਆਇਆ ਸਿੱਧਾ ਗੱਲ ਕਰਨ ਵਾਲੀ ਕਰ ਹੋਰ ਸੁਣਾ ਠੀਕ ਆ ਹਾਂਜੀ ਠੀਕ ਵਿਆਹ ਕਰਾ ਯਾਰ ਚੰਗੀ ਗੱਲ ਕਰਾ ਲੈਣੇ ਭਰਾ ਪਤਾ ਕੀ ਆ ਵਿਆਹ ਕਰਾਏਗਾ ਸੁਖੀ ਹੋ ਜਾਏਗਾ ਚੱਲ ਆਪਾਂ ਮੇਰੀ ਕਮੇਟੀ ਨਿਕਲ ਲੈਂਦਾ ਮੈਂ ਕਰਾ ਲੈਣਾ ਹੀ ਅੱਛਾ ਹਾਂ ਇੰਨੀ ਦੇਰ ਨੂੰ ਪਾਵਾਂ ਜਿੰਨਾ ਵਿਆਹ ਕਰਾਉਣਾ ਉਹ ਨਿਕਲ ਜਾਵੇ ਉਹ ਨਹੀਂ ਮੇਰੀ ਕਮੇਟੀ ਵੱਡੀ ਆ ਦੇਖੀ ਤੂੰ ਜਰਾ ਫਿਰ ਅੱਛਾ ਕਮੇਟੀ ਵੱਡੀ ਆ ਪੌੜੀ ਲਾ ਕੇ ਪੈਸੇ ਗਿਣਨੇ ਤੂੰ ਉਹ ਵੱਡੀ ਕਮੇਟੀ ਪਾਈ ਓਏ ਆਪ ਕਿੱਡੀ ਕੁ ਵੱਡੀ ਕਮੇਟੀ ਆ 4000 ਦੀ ਕਮੇਟੀ ਪਾਈ ਆ ਓਏ ਦਸ ਬੰਦੇ ਵੀ ਲੈਣ ਜਾਣ ਚੁੱਕੀ ਨਹੀਂ ਜਾਣੀ ਕੀ ਨਹੀਂ ਚੁੱਕੀ ਜਾਣੀ ਕਮੇਟੀ ਨਹੀਂ ਚੁੱਕੀ ਜਾਏਗੀ 4000 ਦੀ ਕਮੇਟੀ ਨਿਕਲਣੀ ਹੈ ਤਾਂ ਵਿਆਹ ਰੱਖਣਾ ਉਹਦਾ ਵਿਆਹ ਰੱਖਣਾ ਹਾਂ ਸਹੀ ਹੈ ਭਾਈ ਇਹ ਤੁਹਾਡੇ ਸਿਰ ਦੀ ਪੂਛ ਖੁੱਲ੍ਹੀ ਫਿਰ ਰਹੀ ਓਏ ਪੂਛ ਨਹੀਂ ਹੈਗੀ ਇਹ ਕੀ ਆ ਵਾਲ ਆ ਇਹ ਅੱਛਾ ਉਹ ਦੂਰੋਂ ਇੰਝ ਲੱਗਣਾ ਕੱਛੂ ਕੋਮੇ ਦੀ ਬੱਦਰ ਖੁੱਲ੍ਹੀ ਹੈ ਚੱਲ ਸੀ ਤਰਫ ਕਰ ਭਾਜੀ ਇੰਝ ਹੀ ਲੱਗਣ ਡਿਆ ਜੀ ਤਾਂ ਫੁੱਟਬਾਲ ਘੁੱਟਣ ਡਿਆ ਥੱਕ ਜਾਈਦਾ ਯਾਰ ਕੰਮ ਕਰ ਕਰਕੇ ਨਾ ਸੁਬਹਾ ਜਾਈਦਾ ਆ ਸੂਤਰ ਮੰਡੀ ਠੀਕ ਹੈ ਸ਼ਾਮ ਨੂੰ ਆਈਦਾ ਆ ਉੱਥੇ ਫੜ ਲੈਂਦਾ ਕੋਈ ਤੁਹਾਨੂੰ ਨਹੀਂ ਫੜ ਕਿਉਂ ਲੈਂਦਾ ਕੀ ਗੱਲ ਆ ਮੈਂ ਕਿਹਾ ਦੁਪਹਿਰ ਨੂੰ ਮੈਂ ਉੱਥੇ ਪੱਖਾ ਚੁੱਕ ਕੇ ਲਿਆਉਂਦਾ ਵੀ ਚੋਰੀ ਪੱਖਾ ਚੁੱਕ ਲਿਆਉਂਦਾ ਮੈਂ ਫੜ ਲੈਂਦਾ ਤੇਲ ਪਾ ਸਿਰ 'ਚ ਤੇਲ ਤਾਂ ਪਾ ਰਹੇ ਸਿਰ ਦੇ ਵਿੱਚ ਜਿੱਡਾ ਸਿਰ ਆ ਇਹਦੇ 6-7 ਲੀਟਰ ਪਾਈ ਜਾਣਾ ਵਾ ਯਾਰ ਤੂੰ ਜੂਤਾ ਕਾਹਦੇ ਇੰਨੀਆਂ ਕਰਨ ਡਿਆ ਨਹੀਂ ਭਾਜੀ ਮੈਂ ਵੇਖ ਤੇਰੇ ਮੂੰਹ ਵੱਲ ਵੇਖੀ ਜਾਂਦਾ ਵੀ ਟੈਂਕੀ ਜਿੱਡਾ ਸਿਰ ਤੂੰ ਬਾਕੀ ਇਹ ਭਾਜੀ ਮੈਂ ਤੇਲ ਪਾ ਦਿੰਦਾ ਵਾਂ ਹਾਂ ਮਾਚਿਸ ਹੈਗੀ ਤੁਹਾਡੇ ਕੋਲ ਕੀ ਕਰਨੀ ਉਹ ਮੈਂ ਕਿਹਾ ਵੀ ਜਰਾ ਕਾਸ਼ ਲਾ ਲਈਏ ਸਿਗਰਟ ਦਾ ਫਿਰ ਮੈਂ ਤੇਰਾ ਚੌਕਸ ਹੋ ਜਾਂਦਾ ਭਾਜੀ ਸਿਗਰਟ ਵੀ ਪੀਂਦਾ ਨਾ ਮੈਂ ਸਿਗਰਟ ਨਾ ਪੀ ਪਹਿਲਾਂ ਤੂੰ ਇੱਧਰ ਆ ਫੜ ਦਰ ਹੈ ਹੈਂ ਆਹ ਚੀਜ਼ ਫੜ ਆਹ ਚੀਜ਼ ਫੜ ਕੇ ਉਡਣ ਲੱਗੀ ਹੈ ਫੜ ਫੜ ਲੈ ਭਾਜੀ ਭਾਜੀ ਤੂੰ ਇਕੱਲਾ ਹੀ ਕੰਮ ਕਰਦਾ ਖਾਨਦਾਨ 'ਚ ਹੋਰ ਵੀ ਹੈ ਨਹੀਂ ਨਹੀਂ ਭਾਜੀ ਮੈਂ ਇਕੱਲਾ ਹੀ ਕਰਦਾ ਅੱਛਾ ਅੱਛਾ ਭਾਜੀ ਇਹ ਧੌਣ ਤੁਹਾਡੀ ਇਲਾਕੇ 'ਚ ਕੋਈ ਸਾਬਣ ਸੁਬਣ ਮੁੱਕ ਗਿਆ ਵਾ ਕੀ ਹੋਇਆ ਕੀ ਆ ਉੱਥੇ ਪੂਰੀ ਕਾਲੀ ਤਹਿ ਚੜ੍ਹੀ ਹੈ ਧੌਣ ਦੇ ਅਤੇ ਹੋਰ ਗੋਡੇ ਦੀ ਗੱਲ ਹੋ ਰਹੀ ਹੈ ਧੌਣ ਹੀ ਨਾਪ ਰਿਹਾ ਅੱਛਾ ਅੱਛਾ ਉਹ ਯਾਰ ਸੂਟ ਕਾਲਾ ਪਾਇਆ ਸੀ ਉਹਦਾ ਕਲਰ ਲੈਂਦਾ ਹੈ ਆ ਕਿਸੇ ਦਾ ਜਦੋਂ ਪਾਈਏ ਕਲਰ ਹੀ ਲੱਥਦਾ ਉਹ ਭਾਜੀ ਕਿਸੇ ਦਾ ਕੀ ਕਿਉਂਕਿ ਆਪਣਾ ਸੂਟ ਆ ਆਹੋ ਮੈਂ ਕਿਹਾ ਜਦੋਂ ਆਪਣੇ ਪਾਈਏ ਫਿਰ ਮੈਂ ਮਾਲਸ਼ੀ ਆਇਆ ਵੀ ਕਿਸੇ ਦਾ ਸੂਟ ਮੈਂ ਪਾਉਣਾ ਗੱਲਾਂ ਕਰਨ ਡੇ ਆ ਤੂੰ ਫੜ ਜਰਾ ਥੱਲੇ ਤੱਕ ਜਾ ਥੱਲੇ ਬੇਸਮੈਂਟ 'ਚ ਉਹ ਯਾਰ ਲੱਕ ਨੂੰ ਹੱਥ ਮਾਰ ਅੱਛਾ ਲੱਕ ਨੂੰ ਵੀ ਹੱਥ ਮਾਰਾਂ ਲੱਕ ਵੀ ਇੱਦਾਂ ਹੀ ਆ ਵੀ ਤਾਂ ਟਰਾਲੀ ਖਲੋਤੀ ਕਿੰਨੇ ਭਰਾ ਤੁਸੀਂ ਅਸੀਂ 4 ਭਰਾ ਭਾ ਚਾਰੇ ਮਾਲਸ਼ੀਏ ਔਰ ਨਹੀਂ ਮਾਲਸ਼ੀਏ ਨਹੀਂ ਸਿਰਫ ਮੈਂ ਹੀ ਜਨੂੰ ਆਇਆ ਵਾਂ ਬਕਾਇਆ ਆਪਣੀ ਬਾਈ ਬੀਜੀ ਕਰਦੇ ਆ ਹਾਂ ਗੱਲ ਤਾਂ ਤੂੰ ਇੰਝ ਕਰਾਂ ਜਿਵੇਂ ਬਾਪਟਾ 'ਚ ਲੱਗੇ ਆ ਉਹ ਬਾਈ ਬੀਜੀ ਕਰਨੇ ਉਹ ਕਿਸੇ ਦੀ ਕਰਦੇ ਆ ਉਹ ਚੱਲ ਮਜ਼ਦੂਰੀ ਕਰਨੀ ਚੰਗੀ ਗੱਲ ਮਜ਼ਦੂਰੀ ਹੈ ਤਾਂ ਫਿਰ ਐਡਾ ਔਖਾ ਹੋ ਕੇ ਕਾਹਦੇ ਦੱਸਣੇ ਆ ਸਿਆਣੇ ਕਹਿੰਦੇ ਕਰ ਮਜ਼ਦੂਰੀ ਖਾ ਚੋਰੀ ਨਹੀਂ ਚੋਰੀ ਤਾਂ ਤੈਨੂੰ ਨਸੀਬ ਹੁੰਦੀ ਕੀ ਗੱਲ ਹਾਂ ਅਸੀਂ ਆਪੀ ਖਾਵਾਂਗੇ ਕਰਕੇ ਨਾ ਮਾਫੀ ਦੋ ਪਾਹ ਤੇਰੇ ਪੱਲੇ ਬੜੇ ਵਧੇ ਆ ਕੀ ਗੱਲ ਪੱਲੇ ਨਾਲ ਦੇ ਬੰਦੇ ਨੇ ਫੜੇ ਆ ਹੈ ਵੀ ਉਹ ਕਹਿਣ ਡਿਆ ਵੀ ਆ ਪੱਲਾ ਭਾਜੀ ਲੈ ਲਓ ਬਾਹਰ ਇੱਕ ਮਿੰਟ ਆ ਵੇਖ ਯਾਰ ਇਹ ਆਵੇ ਆ ਦੇ ਲੈ ਆਹ ਜਦੋਂ ਬੰਦਾ ਖਾਂਦਾ ਕਿਸੇ ਦੇ ਪੱਲੇ ਉਹ ਇੱਦਾਂ ਹੀ ਪੱਲੇ ਵੱਧਦੇ ਆ ਜਾਨ ਨਾ ਘੁੱਟ ਜਾਨ ਕਿੱਥੇ ਆ ਤੇ ਉਹ ਮਜ਼ਦੂਰੀ ਕਰਦੇ ਹੋ ਮਜ਼ਦੂਰੀ ਕਰਨੀ ਪਿੰਡ 'ਚ ਹੋਰ ਕੀ ਉੱਥੇ ਉਹਨਾਂ ਨੂੰ ਕੰਮ ਸਿਖਾ ਆਪਣੇ ਵਾਲਾ ਕਿਹੜਾ ਕੰਮ ਸਿਖਾਉ ਆ ਜਿਹੜਾ ਨਹੀਂ ਨਹੀਂ ਮੈਂ ਨਹੀਂ ਕੰਮ ਸਿਖਾਉਣਾ ਮੈਂ ਉਹਨਾਂ ਨੂੰ ਨਹੀਂ ਦੱਸਿਆ ਮੈਂ ਉਹਨਾਂ ਨੂੰ ਇਹ ਦੱਸਿਆ ਮੈਂ ਸ਼ਹਿਰ 'ਚ ਕਿੰਨੀ ਦੇਰ ਹੋ ਗਈ ਕੀ ਕਰਦੇ ਆ ਕੰਮ ਕਰਦੇ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਨਹੀਂ ਤੈਨੂੰ ਮੈਂ ਅੱਗੇ ਦੱਸਿਆ 14-15 ਸਾਲ ਹੋ ਆਹੋ ਤੇ 16 ਸਾਲਾਂ 'ਚ ਉਹਨਾਂ ਨੇ ਸਿੱਖ ਜਾਣਾ ਉਹ ਕੀ ਹੋ ਗਿਆ ਭਾ ਤੈਨੂੰ ਆ ਵੀ ਤੂੰ ਤਾਂ ਸਮਝਦਾਰ ਆ 14 ਸਾਲ 'ਚ ਸਿੱਖਿਆ ਉਹ ਨਾਲੇ ਮੈਂ ਘਰ ਨਹੀਂ ਦੱਸਿਆ ਮੈਂ ਇੱਥੇ ਮਾਲਸ਼ਾਂ ਕਰਦਾ ਉਹਨੂੰ ਮੈਂ ਦੱਸਿਆ ਕਿ ਮੈਂ ਫੈਕਟਰੀ 'ਚ ਲੱਗਾ ਅੱਛਾ ਅੱਛਾ ਕਾਰਨ ਉਹਨਾਂ ਨੂੰ ਇਹ ਦੱਸਿਆ ਮੈਂ ਪਾਇਲਟ ਆ ਨਹੀਂ ਨਹੀਂ ਵੀ ਮੈਂ ਜਹਾਜ਼ ਲੈ ਕੇ ਦੁਬਈ ਜਾਂਦਾ ਤਾਂ ਉੱਥੋਂ ਮੈਂ ਵਾਪਸ ਆਉਂਦਾ ਫੈਕਟਰੀ 'ਚ ਤੇਰੇ ਮੂੰਹ ਤੋਂ ਲੱਗਦਾ ਵੀ ਤੂੰ ਮਜ਼ਦੂਰ ਆ ਗੱਲਾਂ ਕਰਨ ਡਿਆ ਫੈਕਟਰੀ 'ਚ ਹੁੰਦਾ ਫੈਕਟਰੀ 'ਚ ਕਿਹੜਾ ਤੇਲ ਪਾਵਾਂ ਭਾ ਦੱਸ ਕਿਹੜਾ ਤੇਲ ਅੱਛੇ ਵਾਲਾ ਪਾਵੀ ਜੋ ਖੁਸ਼ਬੂ ਆਵੇ ਅੱਛਾ ਅੱਛੇ ਵਾਲਾ ਕਿਹੜਾ ਤੇਲ ਪਾਵਾਂ ਭਾ ਅੱਛਾ ਤੇਲ ਪਾਵੀ ਜੇ ਜੋ ਖੁਸ਼ਬੂ ਆਵੇ ਹੁਣ ਤੇਲ 'ਚੋਂ ਖੁਸ਼ਬੂ ਨਹੀਂ ਆ ਸਕਦੀ ਕਿਉਂ ਉਹ ਖੁਸ਼ਬੂ ਤਾਂ ਲਾਹੌਰ ਰਹਿੰਦੀ ਆ ਉਹ ਕਿੱਦਾਂ ਉਹ ਤੇਲ ਓਏ ਉਹ ਖੁਸ਼ਬੂ ਫਿਲਮਾਂ ਵਾਲੀ ਨਹੀਂ ਹੈਗੀ ਇਹ ਤੇਲ ਦੀ ਵਿੱਚੋਂ ਜਿਹੜੀ ਖੁਸ਼ਬੂ ਤੇਲ ਦੀ ਖੁਸ਼ਬੂ ਇਹ ਆਹ ਲਾ ਦਵਾਂ ਤੈਨੂੰ ਫਿਰ ਇਹ ਕਿਹੜਾ ਆ ਇਹ ਆਟੋਮੈਟਿਕ ਤੇਲ
बगैर मतलब लाया लग जाए ये पता की रौला मैं दसदा ये ना तेरे कपड़े नहीं खराब हो गए है शैनिंग शैनिंग पूरी आएगी अच्छा जी इत नहीं हस तेरा ठीक है बी आवे एक मुक्की फिर मुक्की का दे आवे नहीं नहीं चल तमीज भुल गई है नहीं तो फ्री हो जाने कपड़ा खाएगा मेरे को चौरी साहब आ मुक्की मैं कह रहा है ਐ ਮੁੱਕੀ ਮੈਂ ਕਿਹਾ ਐ ਆਵੇ ਬਹੁਤਾ ਫਰੀ ਹੋਣੇ ਆ ਤੇਰੇ ਨਾਲ ਪਿਆਰ ਕਰਨ ਨੇ ਤੇ ਅਸੀਂ ਵੀ ਤਾਂ ਮਾਲਸ਼ੀ ਕਰਨ ਨੇ ਅਸੀਂ ਕਿਹੜਾ ਨਹੀਂ ਕਰਨਾ ਮਾਲਸ਼ੀ ਕਰਨ ਨੇ ਮੈਂ ਕੱਲ ਮਾਲਸ਼ੀ ਇੱਕ ਆਇਆ ਕੋਈ ਸਾਰੀ ਰਾਤ ਕਟਵਾਇਆ ਅੱਛਾ ਜੀ ਠੀਕ ਆ ਕਿ ਨਹੀਂ ਕੁੱਟ ਪਈ ਸੀ ਕਿਤੇ ਕੁੱਟ ਕਾਹਦੇ ਪੈਣੇ ਸੀ ਕੀ ਗੱਲ ਆ ਮੈਂ ਕਿਹਾ ਸ਼ਾਇਦ ਕਿਤੇ ਲੈ ਮਾਲਸ਼ੀ ਸਾਰੀ ਰਾਤ ਕਟਵਾਇਆ ਰਾਤੀ ਭਾਈ ਥਕਾਵਟ ਬੜੀ ਹੋਈ ਸੀ ਤੇ ਕਦੋਂ ਕੁੱਟ ਪਈ ਸੀ ਨਹੀਂ ਘੁੱਟ ਕਾਹਦੇ ਪੈਣੀ ਕੀ ਗੱਲ ਆ ਚੌਥੀ 'ਚ ਪੜ੍ਹਦਾ ਮੈਂ ਅੱਛਾ ਪੇਟ ਗਿਆ ਮੈਨੂੰ ਮਾਸਟਰ ਨੇ ਫੜ ਲਿਆ ਬਸ ਉਹ ਆ ਗਿਆ ਮਾਲਸ਼ੀ ਆ ਉਹ ਬਿੱਲਾ ਹੈਗਾ ਇੱਥੇ ਪੈਟਰੋਲ ਪੰਪ 'ਤੇ ਹੁੰਦਾ ਅੱਛਾ ਉਹ ਅੱਜ ਕੱਲ੍ਹ ਉਹਨੇ ਪੰਪ ਦਾ ਕੰਮ ਛੱਡ ਦਿੱਤਾ ਅਤੇ ਉਹ ਮਾਲਸ਼ਾ ਕਰਦਾ ਬਾਬਾ ਲੰਬਾ ਜਿਹਾ ਮੁੰਡਾ ਮੈਨੂੰ ਪਤਾ ਆਉਂਦਾ ਜਾਂਦਾ ਇੱਧਰ ਇੱਧਰ ਇੱਥੇ ਆਉਂਦਾ ਉਹਨੂੰ ਫਿਰ ਮੈਂ ਮੰਗਵਾਇਆ ਬੁਲਾਇਆ ਇੱਥੇ ਫਿਰ ਸਾਰੀ ਰਾਤ ਉਹਨੇ ਮੇਰੀ ਮਾਲਿਸ਼ ਕੀਤੀ ਅੱਛਾ ਬੜਾ ਖੁਸ਼ ਗਿਆ ਵੈਰੀ ਗੁੱਡ ਹਾਂ ਰੁਪਈਏ ਉਹਨੂੰ ਮੈਂ 40 ਦਿੱਤੇ ਅਤੇ ਉਹ ਜਾਣ ਲੱਗਾ ਮੈਨੂੰ ਫਿਰ ਕਹਿ ਗਿਆ ਕਹਿੰਦਾ ਨਹੀਂ ਭਾਅ ਜੀ ਮੈਂ ਇੱਕ ਘੰਟਾ ਫਿਰ ਕੁੱਟਣਾ ਇਹ ਸਾਰੀ ਰਾਤ ਘਟਾ ਕੇ ਰੁਪਈਏ 50 ਦਿੱਤੇ ਹਾਂਜੀ ਉਹ ਕੋਈ ਦੇਣ ਲਈ ਤਾਂ ਨਹੀਂ ਦਿੱਤੇ ਨਹੀਂ ਦੇਣ ਲਈ ਨਹੀਂ ਦਿੱਤੇ ਉਹਨੂੰ ਕੁੱਟਿਆ ਯਾਰ ਇੱਦਾਂ ਦਾ ਆ ਤੂੰ ਤਾਂ ਕੁਛ ਵੀ ਨਹੀਂ ਕੁੱਟ ਰਿਹਾ ਹਾਂ ਨਹੀਂ ਨਹੀਂ ਉਹ ਮੈਂ ਦੇਖਣ ਵੀ ਜਿਹੜਾ ਸਾਰੀ ਰਾਤ ਹੀ 50 ਲੈ ਗਿਆ ਇਕੱਲਾ ਹੀ ਸੀ ਨਾਲ ਬੰਦੇ ਵੀ ਆਏ 50 ਲੈਣ ਨਹੀਂ ਯਾਰ ਇਕੱਲਾ ਹੀ ਸੀ ਉਹ ਪਹਿਲਾਂ ਉਹਨੇ ਤੇਲ ਪਾਇਆ ਫਿਰ ਉਹਨੇ ਮੇਰੀ ਮਾਲਿਸ਼ ਕੀਤੀ ਠੀਕ ਹੈ ਫਿਰ ਕੁੱਟਿਆ ਫਿਰ ਉਹਨੇ ਉਹ ਤਾਂ 4-5-6 ਘੰਟੇ ਲੱਗ ਗਿਆ ਅਤੇ ਫਿਰ ਗਾਂਹ ਤੋਂ ਨਹੀਂ ਸਾਧ ਲਈ ਹੈ ਕੀ ਮਤਲਬ ਮਤਲਬ ਕਿ ਮੁੰਡੇ ਦਾ ਹੱਥ ਉਹਦਾ ਮੈਨੂੰ ਵੀ ਠੀਕ ਉਹ ਪਾਗਲਾ ਉਹਨੂੰ 50 ਦਿੱਤੇ ਆ ਤੂੰ 2 ਘੰਟੇ ਕੁੱਟਣਾ ਆ ਤੈਨੂੰ 15-20 ਰੁਪਏ ਜਿਹੜੇ ਤੂੰ ਲੈਣੇ ਆ 30 ਰੁਪਏ ਉਹ ਲੈ ਲਈ ਇਹ ਮੇਰੇ ਕੋਲ ਕਿਤੇ ਗਡੇਰੀਆਂ ਲਈਆਂ ਪਾਈਆਂ ਤੁਸੀਂ 20-30 ਰੁਪਈਏ ਇਹ ਥੋੜ੍ਹੇ ਆ ਤੇ ਮੈਂ ਰੁਪਈਏ ਚੰਗੇ ਭਲੇ ਲੈਂਦਾ ਵਾਂ ਉਹ ਤਾਂ ਫਰਿੱਜ ਦੇ ਦੇਵਾਂ ਤੈਨੂੰ ਨਵੀਂ ਲੈ ਕੇ ਨਹੀਂ ਫਰਿੱਜ ਕੀ ਨਹੀਂ ਦੱਸ ਦੇ ਚਲ ਆ ਦਿਨ ਮੈਂ ਉੱਥੋਂ ਕੂਲਰ ਲੈ ਦਿੰਦਾ ਕੋਈ ਏਸੀ ਕਢਵਾ ਦਿੰਦਾ ਤੈਨੂੰ ਨਹੀਂ ਕੋਈ ਮਜ਼ਦੂਰੀ ਤਾਂ ਪੂਰੀ ਦਿਓ ਤੁਸੀਂ ਮਜ਼ਦੂਰੀ ਆ ਵੀ ਏਸੀ ਤੈਨੂੰ ਲੈ ਦਿੰਦਾ ਨਾ ਨਹੀਂ ਚੋਰੀ ਮਜ਼ਦੂਰੀ ਤਾਂ ਪੂਰੀ ਦੇ ਮਜ਼ਦੂਰੀ ਤੂੰ ਲੜੇ ਲੈਣੇ ਮਕਾਨ ਲਾ ਲਾ ਦਿੰਦਾ ਤੇਰੇ ਨਹੀਂ ਕੋਈ ਬੰਦੇ 15 ਤੂੰ ਤਾਂ ਇੰਝ ਘਬਰਾ ਗਿਆ ਜਿਵੇਂ ਤੂੰ ਪਤਾ ਨਹੀਂ ਇੱਥੇ ਸੁਨਿਆਰਾਂ ਦੀ ਦੁਕਾਨ ਲਾਈ ਹੈ ਘੁੱਟਣ ਹੀ ਲਿਆ ਐਂ ਹੀ ਕਰਨਾ ਹੈ ਤੇਰਾ ਕਿਹੜਾ ਕੁਛ ਲੱਗਣਾ ਹੈ ਕਿਉਂ ਨਹੀਂ ਲੱਗਣਾ 5 ਰੁਪਏ ਦਾ ਤੇਲ ਨਹੀਂ ਤੇਰਾ ਲੱਗਦਾ ਗੱਲਾਂ ਕਰਨੇ ਆ ਬਾਕੀ ਇਹ ਤੁਹਾਨੂੰ ਲੱਗ ਜਾਣਾ ਤੇਲ ਜਿੰਨਾ ਤੁਹਾਨੂੰ ਤੇਲ ਲੱਗਦਾ ਇੰਨਾ ਨਹੀਂ ਤੂੰ ਇੱਦਾਂ ਮਾਲਕ ਘਬਰਾਇਆ ਵੀ ਤੈਨੂੰ ਮੈਂ ਹੁਣ ਰਜਿਸਟਰੀ ਤੈਨੂੰ ਲਿਆਦਾ ਮਕਾਨ ਦੀ ਮੈਂ ਨਹੀਂ ਉਹ ਪਤਾ ਕਿੰਨਾ ਤੇਲ ਲੱਗ ਜਾਣਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਜਿੰਨਾ ਤੁਹਾਨੂੰ ਤੇਲ ਲੱਗਣਾ ਕਾਰ 'ਚ ਪਵਾ ਕੇ ਬੰਦਾ ਲਾਹੌਰ 'ਤੇ 2 ਗੇੜੇ ਲਾ ਸਕਦਾ ਕੀ ਮਤਲਬ ਆ ਪਿੰਡਾਂ ਵੀ ਤਾਂ ਦੇਖੋ ਨਾ ਅੱਲਾ ਖੈਰ ਕਰੇ ਉਹ ਮਾਲਸ਼ੀ ਆ ਫਿਰ ਮੈਨੂੰ ਇੱਥੋਂ ਮਿਲਿਆ ਰਸਤੇ 'ਚ ਦੌੜ ਗਿਆ ਹੋਣਾ ਵੇਖ ਕੇ ਨਹੀਂ 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 ਉਹ ਕਹਿੰਦਾ ਭਾਅ ਜੀ ਮੈਂ ਜਾ ਰਿਹਾ ਹਾਂ ਅੱਛਾ ਜੀ ਤੁਸੀਂ ਰਾਤੀ 50 ਰੁਪਏ ਕਹਿੰਦਾ ਮੈਨੂੰ ਦਿੱਤੇ ਬੜਾ ਖੁਸ਼ ਕਰਤਾ ਮੈਂ ਬਸ ਫਿਰ ਮੋੜ ਨਾ ਆ ਰਿਹਾ ਹੋਣਾ ਉਹ 50 ਅਤੇ ਨਹੀਂ ਮੋੜ ਨਹੀਂ ਆ ਰਿਹਾ ਖੁਸ਼ ਬੜਾ ਗਿਆ ਤੁਹਾਡੇ ਤੋਂ ਹਾਂ ਸੋਚਿਓ ਵੀ ਨਾ ਤੂੰ ਮੈਂ ਕਿਹਾ ਯਾਰ ਐਵੇਂ ਬਾਹਰ ਜੋ ਦੇਣੇ ਪੈਸੇ ਉਹੀ ਆਪਣੇ ਮਾਲਸ਼ੀ ਦੇ ਜਿਹੜਾ ਪਾਰਕ 'ਚ ਬੈਠਾ ਆ ਦਰਵਾਜ਼ੇ ਅੱਗੇ ਨਹੀਂ ਇਹ ਤੂੰ ਉਹਨੂੰ ਹੀ ਦੇ ਹੈ ਮੇਰੇ ਮੈਨੂੰ ਦੇ ਯਾਰ ਤੈਨੂੰ ਕਿੰਨੇ ਪੈਸੇ ਲੈਣੇ ਸਾਡੇ ਮੈਂ ਆਈ ਹਾਂ ਜੇ ਮੈਂ ਤੇਰੀ ਨਹੀਂ ਕਿੰਨੇ ਪੈਸੇ ਲੈਣੇ ਉਹ ਪਤਾ ਕੀ ਆ ਭਾ ਆਹ ਵੇਖ ਗੱਲ ਪਤਾ ਕੀ ਆ ਘੱਟ ਤੋਂ ਘੱਟ 1 ਮਿੰਟ ਠਹਿਰੀ ਯਾਰ ਮੈਂ ਮੋਬਾਈਲ ਦੀ ਬੈਲ ਬੰਦ ਕਰ ਲਾਂ ਲੈ ਮੋਬਾਈਲ ਤੂੰ ਇੰਜ ਰੱਖਿਆ ਆ ਜਿਵੇਂ ਤੂੰ ਕਚਹਿਰੀਆਂ 'ਚ ਹੁੰਦਾ ਉਹ ਪਤਾ ਕੀ ਆ ਫੋਨ ਆਉਂਦੇ ਆ ਲੋਕਾਂ ਦੇ ਆਉਣੇ ਆ ਵੀ ਜਿਹੜੇ ਚੁੱਕ ਕੇ ਲੈ ਉਹਨਾਂ ਤੋਂ ਉਹ ਚੁੱਕ ਕੇ ਨਹੀਂ ਉਹ ਮਾਲਸ਼ੀ ਆਹੋ ਤਾਂ ਮਾਲਸ਼ੀ ਦਾ ਹੀ ਕੰਮ ਆ ਜਿਹੜਾ ਇੰਨੇ ਪੈਸੇ ਲੈਂਦਾ ਤਾਂ ਮੋਬਾਈਲ ਉਹਦਾ ਏਡਾ ਚੰਗਾ ਆ ਕਿਹਦਾ ਲਿਆ ਸਹੀ ਦੱਸ ਕਿਹੜਾ ਚੁੱਕਿਆ ਉਹ ਚੁੱਕਿਆ ਨਹੀਂ ਹੈ ਉਹ ਮੈਂ ਕਹਿੰਦੇ ਸੂਤਰ ਮੰਡੀ ਦੇ ਜਿਹੜੇ ਬੰਦੇ ਆ ਆ ਉਹ ਰੱਖਦੇ ਇੱਦਾਂ ਦਾ ਮੋਬਾਈਲ ਉਹ ਨਹੀਂ ਉਹ ਮੈਨੂੰ ਲੈ ਕੇ ਦਿੱਤਾ ਸੀ ਉਹਨਾਂ ਤੈਨੂੰ ਕੋਈ ਲੈ ਕੇ ਦਿੱਤਾ ਤੂੰ ਮੈਂ ਉਹਨਾਂ ਦਾ ਸ਼ਾਮ ਨੂੰ ਕਰਦਾ ਘੁੱਟ ਘਟਾਈਆ ਉਹਦਾ ਘੁੱਟ ਘਟਾਈਏ ਜਿਹੜਾ ਨਾ ਉਹ ਇਕੱਲਾ ਨਾ ਉਹਦਾ ਉਹਦਾ ਮੋਬਾਈਲ ਨਹੀਂ ਉਹ ਦਿੰਦੇ ਅਤੇ ਹੋਰ ਮੇਰਾ ਉੱਥੇ ਡਾਂਸ ਵੇਖਦੇ ਆ ਮੈਂ ਘੁੱਟ ਘਟਾਈਆ ਕੋਈ ਚੱਕਰ ਹੋਰ ਆ ਉਹ ਨਹੀਂ ਚੱਕਰ ਕੀ ਕੋਈ ਹੈ ਕੋਈ ਚੱਕਰ ਨਹੀਂ ਨਹੀਂ ਮੇਰਾ ਉੱਥੇ ਕੋਈ ਯਾਰ ਦੇਖੋ ਜਿਹੜੇ ਸੂਤਰ ਦੇ ਬੋਰੇ ਉਹ ਕਹਿੰਦੇ ਹੁਣ ਉੱਤੇ ਛੱਡ ਗਿਆ ਨਹੀਂ 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 ਮੈਂ ਨਹੀਂ ਕਦੀ ਚੁੱਕਿਆ ਬੋਰਾ ਅੱਛਾ ਆਪਾਂ ਨੂੰ ਇੱਦਾਂ ਦਾ ਕੰਮ ਹੀ ਨਹੀਂ ਆਉਂਦਾ ਆਪਾਂ ਕੰਮ ਹੀ ਆ ਸਿੱਖਿਆ ਮਾਲਿਸ਼ ਵਾਲਾ 14 ਸਾਲ 15 ਸਾਲ ਤੈਨੂੰ 15 ਸਾਲ ਦੇ ਵਿੱਚ ਕੰਮ ਨਹੀਂ ਆਇਆ ਤਾਂ ਆਇਆ ਕਿਉਂ ਨਹੀਂ ਹੈ ਆ ਘੁੱਟਣ ਨਹੀਂ ਡਿਆ ਆ ਸੱਜੀ ਲੱਤ ਵੀ ਕਰ ਉਹਦਾ ਆ ਵੇਖ ਇਹਨੂੰ ਤਾਂ ਇਹਨੂੰ ਮਹੀਨਾ ਹੋ ਗਿਆ ਫੜਿਆ ਇਹਨੂੰ ਕਿਉਂ ਨਹੀਂ ਘੁੱਟਦਾ ਇੱਕ ਮਿੰਟ ਇਹ ਇੱਥੇ ਆ ਲੈਂਦਾ ਮੈਨੂੰ ਜਰਾ ਕਾਰ ਉਹਨੇ ਲੱਤ ਹੈ ਪੂਰਾ ਕਰ ਲੱਤ ਵੀ ਇਹਨੂੰ ਮਹੀਨਾ ਹੋ ਗਿਆ ਗੱਲਾਂ ਕਰਨੇ ਆ ਤੂੰ ਭਾਅ
ਭਾ ਗੱਲ ਪਤਾ ਕੀ ਆ ਆ ਤੇਲ ਮੈਂ ਥੋੜ੍ਹਾ ਜਿਹਾ ਲੈਮ ਆ ਹੋਰ ਪਹਿਲਾਂ ਖਤਮ ਕਰਤਾ ਸਾਰਾ ਮੇਰੇ ਤੇ ਨਹੀਂ ਨਹੀਂ ਮੈਂ ਕਿਹਾ ਹਾਲੇ ਤੇਲ ਤਾਂ ਲਾਇਆ ਹੀ ਨਹੀਂ ਤੂੰ ਹਜੇ ਆ ਸਿਰ 'ਚ ਮਲਿਆ ਤਾਂ ਹੈ ਸਿਰ 'ਚ ਮਲਿਆ ਤੇਲ ਸਿਰ 'ਚ ਤੇਲ ਮਲਦਾ ਤੂੰ ਗੱਲਾਂ ਕਰਨ ਡਿਆ ਅਸੀਂ ਇਹ ਨਾ ਅੱਲਾਹ ਦੀ ਮਿਹਰਬਾਨੀ ਸੀ ਜਵਾਨੀ ਬਾਰੇ ਸੀ ਹੁੰਦੇ ਸੀ ਨਾ ਵਾ 12 ਸਾਲ ਮੈਂ ਪੀ ਕੱਟੀ ਹੈ ਪੀ ਕਾਹਦੇ ਕੱਟੀ ਹੈ ਹਾਂ ਕੀ ਕੱਟੀ 12 ਸਾਲ ਹਾਕੀ ਖੇਡੀ ਓਏ ਹੋਏ ਹੋਏ ਤੂੰ ਹਾਕੀ ਦਾ ਪਲੇਅਰ ਆ ਸਕੂਲ ਦੌਰ 'ਚ ਪੱਕੀ ਗੱਲ ਆ ਨਾ ਭਾਵਾਂ ਤੁਹਾਨੂੰ ਦੱਸਦਾ ਜੇ ਤੂੰ ਹਾਕੀ ਦਾ ਪਲੇਅਰ ਆ ਨਾ ਤਾਂ ਵਧੀਆ ਪਲੇਅਰ ਹੋਏਗਾ ਤੂੰ ਸੈਂਟਰ ਫਾਰਵਰਡ ਖੇਡਿਆ ਮੈਂ ਬੜੀ ਦੇਰ ਕਿੱਥੇ ਹੈ ਮਤਲਬ ਗੇਮ ਮੇਰੀ ਬੜੀ ਅੱਛੀ ਹੋ ਗਈ ਸੀ ਅਤੇ ਵਰਲਡ ਟ੍ਰੇਡ ਸੈਂਟਰ 'ਚ ਖੇਡਿਆ ਤੂੰ ਐਫ ਏ ਤਲੀਮ ਹਾਕੀ ਖੇਡਿਆ ਮੈਂ ਬੜੀ ਅਤੇ ਐਫ ਏ ਤਲੀਮ ਹੋਵੇ ਬੰਦਾ ਹਾਕੀ ਛੱਡੀਏ ਅਤੇ ਆਹ ਥਕਾਵਟ ਜਾਂ ਆਹ ਜਿਸਮ ਭਾਰਾ ਹੋ ਗਿਆ ਹਾਕੀ ਨਹੀਂ ਛੱਡਣੀ ਤੂੰ ਇੱਦਾਂ ਦਾ ਸੀ ਅੱਛਾ ਪਹਿਲੇ ਪੂਰਾ ਨਰਮ ਨਿਜ਼ਾਮ ਹਾਂ ਨਹੀਂ ਨਹੀਂ ਸਹੀ ਆ ਹਾਕੀ ਕਿਉਂ ਛੱਡਦੀ ਦਿਲ ਭਰ ਗਿਆ ਸੀ ਦਿਲ ਨਹੀਂ ਭਰ ਗਿਆ ਸੀ ਯਾਰ ਕੰਮ ਵੱਲੋਂ ਤਵੱਜੋ ਜਿਹੜੀ ਨਾ ਹਟ ਜਾਂਦੀ ਸੀ ਓਏ ਹੋਏ 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 ਕੰਮ ਬੜਾ ਕਿਤੇ ਇੱਥੇ ਕਲੋਨੀ ਕੱਟੀ ਆ ਕਲੋਨੀ ਕੱਟੀ ਆ ਹੋਰ ਕੀ ਹੈ ਕੰਮ ਸੂਤਰ ਦਾ ਕਰਦੇ ਆ ਛੋਟਾ ਕੰਮ ਆ ਇਹ ਨਹੀਂ ਬੜਾ ਵੱਡਾ ਕੰਮ ਹਾਂ ਕਲੋਨੀ ਕੱਟੀ ਤੂੰ ਗੱਲਾਂ ਕਿੰਨੀਆਂ ਕਰਨ ਡਿਆ ਰੋਟੀ ਖਾਣੀ ਭਾ ਭੁੱਖ ਤਾਂ ਲੱਗੀ ਅਤੇ ਘੁੱਟ ਪੈਸੇ ਲੈ ਕੇ ਜਾ ਕੇ ਹੋਟਲ ਤੋਂ ਖਾਵੀ ਜਾ ਕੇ ਇਹ ਤੂੰ ਮੈਨੂੰ ਲੈਣ ਸਕ ਆ ਤਾਂ ਤੂੰ ਮੇਰਾ ਮਾਮਾ ਸਹੁਰਾ ਆ ਮੈਂ ਤੈਨੂੰ ਰੋਟੀ ਲਿਆ ਖਵਾਵਾਂ ਮੈਂ ਪੁੱਛਿਆ ਤਾਂ ਇੰਝ ਮੈਂ ਨਹੀਂ ਦੱਸਦੇ ਤੂੰ ਇੱਥੇ ਆ ਆ ਤੈਨੂੰ ਮੈਂ ਕਿਉਂ ਖਵਾਵਾਂ ਤੈਨੂੰ ਕਿਹਾ ਰੋਟੀ ਖਾਣੀ ਘੁੱਟ ਕੇ ਜਾ ਕੇ ਅਤੇ ਪੈਸੇ ਤੈਨੂੰ ਦਿੰਦਾ ਜਾ ਕੇ ਖਾਇਆ ਵੀ ਮੈਂ ਕਿਹਾ ਸ਼ਾਇਦ ਕੋਈ ਤਾਂ ਖੁਦਾ ਕੌਫੀ ਵੀ ਕਰੀ ਦੀ ਖੁਦਾ ਕੌਫੀ ਕਰਨੀ ਆ ਪਰਦੇਸ ਕੱਟੇ ਡਏ ਅਸੀਂ ਉਹਨੂੰ ਆ ਪਿਆ ਦਿੱਤੇ ਰਾਤ ਸਾਰੀ ਦੇ ਅੱਗੋਂ ਮੈਂ 2 ਘੰਟੇ ਕੰਮ ਕਰਾਉਣਾ ਤੈਨੂੰ ਮੈਂ 5 ਵੱਧ ਦੇ ਰਿਹਾਗਾ ਹੋਰ ਕੀ ਇਹਨੇ ਕਿਹਾ ਭਾਅ ਤੂੰ ਮੈਨੂੰ ਸ਼ਾਹ ਖਰਚੀ ਲੱਗ ਰਿਹਾ 5 ਰੁਪਏ ਵੱਧ ਦੇ ਰਿਹਾਗਾ ਇਹ ਕੋਈ ਪੈਸੇ ਨਹੀਂ ਨਹੀਂ ਬੜੇ ਪੈਸੇ ਆ ਇਹ ਚੰਗਾ ਭਲਾ ਬੰਦਾ ਕਿਤੇ ਬਾਹਰ ਵੀ ਫੈਮਲੀ ਨੂੰ ਲੈ ਕੇ ਜਾਵੇ 10-15 ਦਿਨ ਰਹੇ ਅਤੇ ਪੰਜਾਂ ਨਾਲ ਸਾਰੀਆਂ ਦਾ ਮਾਲ ਰੋਡ 'ਤੇ ਰਸ਼ ਰੱਖੀ ਹੋਵੇ ਗੱਲਾਂ ਕਰਨ ਡਿਆ ਤੂੰ ਤੈਨੂੰ 10 ਰੁਪਏ 20 ਰੁਪਏ ਵੱਧ ਦੇਵਾਂਗਾ ਨਹੀਂ ਤੂੰ ਪੈਸੇ ਕੋਲ ਹੀ ਰੱਖ ਭਾ ਆ ਮੇਰੇ ਵੱਲੋਂ ਰਹਿਸਲ ਹੀ ਸਮਝੀ ਤੂੰ ਕੀਤਾ ਕੀ ਹੈ ਜਿਹੜਾ ਟਾਈਮ ਦੇਖੀ ਜਾਂਦਾ ਉਹ ਭਾ ਟਾਈਮ ਥੋੜ੍ਹਾ ਆ ਘੜੀ ਤੂੰ ਇੰਝ ਰੱਖੀ ਆ ਵੀ ਜਿਵੇਂ ਤੂੰ ਵਕੀਲ ਆ ਕੇਸ ਲੜਦਾ ਉੱਥੇ ਜਾ ਕੇ ਉਹ ਮੇਰੀ ਨਹੀਂ ਘੜੀ ਮੈਂ ਭੁੱਲ ਗਿਆ ਸੀ ਅੱਗੇ ਇੱਥੇ ਮਾਲਿਸ਼ ਕਰਾਉਣਾ ਸੀ ਤੇਰਾ ਗਾਗਾ ਮੈਂ ਹੁਣ ਰੱਖੀ ਆ ਜੇਬ 'ਚ ਆਊਗਾ ਉਹਨੂੰ ਦੇ ਦੂੰਗਾ ਮੈਂ ਆ ਫੜ ਇਹਨੂੰ ਜ਼ਰਾ ਇਹਨੂੰ ਫੜ ਕਬੂਤਰ ਆ ਇਹ ਫੜ ਰੁੱਗ ਭਰ ਜ਼ਰਾ ਨੀਅਤ ਨਾਲ ਕੰਮ ਕਰਿਆ ਕਰ ਤੂੰ ਵੀ ਪੈਸੇ ਦੇ ਮਕਾਨ ਆਪਣਾ ਉੱਥੇ ਮੀਆਂ ਚਲੋ ਆਪਣਾ ਹੈ ਨਹੀਂ ਕਿਰਾਏ ਦਾ ਛੋਟੇ ਮੂਵੇ ਤੇਰਾ ਉਹ ਸਾਡੀ ਜਗ੍ਹਾ ਹੈਗੀ ਸੀ 10 ਮਰਲੇ ਉਹ ਤਾਇਆ ਫਿਰ ਫਰਾਡ ਕਰ ਉਹ ਤਾਂ ਥੱਲਿਓ ਕਿਸੇ ਹੋਰ ਦੀ ਜਗ੍ਹਾ ਨਿਕਲਿਆ ਹੀ ਹੋਣੀ ਉਹ ਨਹੀਂ ਉਹ ਅਸੀਂ ਸ਼ਹਿਰ ਜਾ ਕੇ ਕੰਮ ਕਰਨ ਤਾਏ ਨੇ ਪਿੱਛੇ ਫਰਾਡ ਕਰਕੇ ਉਹ ਅੰਗੂਠੇ ਗਾਠੇ ਲਵਾ ਲਏ ਸਾਰੇ ਉਹ ਫਿਰ ਆਪਣੇ ਨਾਂ ਖੁਰਦ ਬੁਰਦ ਕਰ ਗਏ ਕਿਹਨੇ ਤਾਏ ਸਾਡੇ ਨੇ ਫਰਾਡ ਕੀਤਾ ਫਰਾਡ ਕੀਤਾ ਤੁਸੀਂ ਜੱਦੀ ਪੁਸ਼ਟੀ ਫਰਾਡੀਏ ਓਏ ਅਸੀਂ ਫਰਾਡੀਏ ਨਹੀਂ ਸਾਡੇ ਨਾਲ ਹੋਇਆ ਵਾ ਫਰਾਡ ਹੋਇਆ ਕੀ ਹੈ ਵੀ ਤਾਇਆ ਤਾਂ ਇੰਨਾ ਫਰਾਡ ਕਰ ਗਏ ਆ ਪਿਓ ਨੇ ਤੇਰੇ ਨਾਂ ਨਹੀਂ ਸੀ ਲਾਈ ਨਹੀਂ ਮੇਰੇ ਨਾਂ ਨਹੀਂ ਅੱਬਾ ਵੀ ਫਰਾਡੀਆ ਹੀ ਸੀ ਉਹ ਨਹੀਂ ਨਹੀਂ ਅੱਬਾ ਪਹਿਲੇ ਮਰ ਗਿਆ ਸੀ ਤਾਂ ਮਾਰੀ ਜਾਣਾ ਸੀ ਉਹਨੂੰ ਪਤਾ ਸੀ ਕਿ ਮੈਂ ਮਕਾਨ ਦੇਣਾ ਪੈਣਾ ਉਹ ਕਾਹਦਾ ਮਕਾਨ ਦੇਣਾ ਪੈਣਾ ਭਾਅ ਤਾਂ ਹੋਰ ਗੱਲਾਂ ਕਰੀ ਜਾਣ ਡੇ ਗੱਲਾਂ ਕਰਨ ਡੇ ਅਤੇ ਉਹ ਜਾਇਦਾਦ 'ਚੋਂ ਹਿੱਸਾ ਨਹੀਂ ਮਿਲਿਆ ਹਿੱਸਾ ਕਾਹਦਾ ਉਹਨੇ ਆਪਣੇ ਨਾਂ ਕਰਾ ਲਈ ਸਾਰਾ ਅਸੀਂ ਇੱਕ ਦਿਨ ਗਏ ਸੀ ਅਸੀਂ ਪੁਲਿਸ ਲੈ ਕੇ ਗਏ ਅੱਛਾ ਪੁਲਿਸ ਵਾਲੇ ਕਹਿੰਦੇ ਸਾਨੂੰ ਰੁਪਈਆ 20,000 ਦਿਓ ਤੂੰ ਪੁਲਿਸ ਲੈ ਕੇ ਹੁਣ ਉੱਥੇ ਜਾ ਕੇ ਵਾਜੇ ਵਾਲੇ ਨਿਕਲੇ ਹੁਣ ਜਦੋਂ ਕਬਜ਼ਾ ਹੀ ਨਹੀਂ ਲੈ ਕੇ ਦਿੱਤਾ ਉਹਨਾਂ ਨੇ ਉਹ ਨਹੀਂ ਅਗਲੇ ਨੇ ਦਿਖਾਏ ਕਾਗਜ਼ ਤੇ ਦਿਖਾਏ ਸਾਰਿਆਂ ਨੂੰ ਕਿਹਾ ਮੇਰੇ ਨਾਂ ਆ ਉਹਨਾਂ ਨੇ ਸਾਨੂੰ ਵੀ ਹਲਕਾ ਜਿਹਾ ਪੌਲਕਸ਼ੀ ਕੀਤੀ ਪੁਲਿਸ ਕਹਿੰਦੇ ਚਲੋ ਭੱਜੋ ਉਹ ਅਸਲ ਮਾਲਕ ਜਿਹੜਾ ਉਹ ਆ ਤੁਸੀਂ ਐਵੇਂ ਵਿੱਚ ਹੜੇ 'ਚ ਫਸਾਈ ਤੇ ਫਿਰ ਤੈਨੂੰ ਕਿਉਂ ਪਤਾ ਸੀ ਵੀ ਅਸਲ ਮਾਲਕ ਉਹ ਆ ਤੂੰ ਪੁਲਿਸ ਵਾਲੇ ਨੂੰ ਕਿਉਂ ਲੈ ਗਿਆ ਉਹ ਸਾਨੂੰ ਕੀ ਪਤਾ ਸੀ ਅਸੀਂ ਕਹੇ ਫਰਾਡ ਕੀਤਾ ਅਸੀਂ ਦੱਸਾਂਗੇ ਲੋਕਾਂ ਨੂੰ ਰੌਲੀ ਪਕਾਰਾਂ ਪਾਈਆਂ ਪਿੰਡ ਦੇ ਵਿੱਚ ਜਦ ਤੇਰੀ ਉਹ ਜਗ੍ਹਾ ਹੀ ਨਹੀਂ ਨਾ ਉਹਨਾਂ ਨੇ ਕੀਤੀ ਯਾਰ ਤੂੰ ਪੁਲਿਸ ਵਾਲੇ ਕਿਉਂ ਲੈ ਗਿਆ ਸੀ ਉਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ ਵੀ ਇਹ ਖੁਰਦ ਬੁਰਦ ਕਰ ਗਿਆ ਲੈ ਖੁਰਦ ਬੁਰਦ ਕਰ ਗਏ ਅਤੇ ਮਕਾਨ ਲਿਆ ਹੀ ਨਹੀਂ ਹੁਣ ਫਿਰ ਕਿੰਨੇ ਭਰਾ ਚਾਰ ਅਤੇ ਚਾਰ ਉਹ ਮਰਨੇ ਮਕਾਨ ਨਾ ਲੈ ਸਕੇ ਕਿਹੜੀਆਂ ਲਾਸ਼ਾਂ ਉਹਨਾਂ ਦੀ ਲੈ ਲਾਂਗੇ ਹੁਣ ਮੈਂ ਕਮੇਟੀਆਂ ਪਾਈਆਂ ਵਾ 4,000 ਦੀ ਉਹਨਾਂ ਨੇ ਪਾਈ ਹੈ ਨਹੀਂ ਮੈਂ ਪਾਈ 4,000 ਹੁਣ ਤੈਨੂੰ 4,000 ਰੁਪਈਆ ਤੇਰੇ ਕਮੇਟੀ ਦਾ ਹੈ ਹਾਂ ਭਾਅ ਜੀ ਮਕਾਨ ਲੈਣਾ ਲੈਣਾ ਅਤੇ ਤੈਨੂੰ ਮੈਂ ਮਿਡ ਸਿਟੀ 'ਚ ਲੈ ਦੇਵਾਂ 4,000 ਰੁਪਏ 10 ਮਰਲੇ ਆ ਜਾਣਾ ਸਕੂਨ ਨਾਲ ਭਾਈ ਲੈ ਦਿਓ ਤੁਹਾਡੇ ਬੱਚਿਆਂ ਨੂੰ ਦਵਾਵਾਂ ਦਊਂਗਾ ਜੀ ਹਾਂ ਇੱਥੇ ਨਾ 35 ਰੁਪਏ ਮਰਲਾ ਆ 35 ਰੁਪਏ ਮਰਲਾ ਹਾਂ ਭਾਈ ਇਹ ਮਰਲਾ ਆਲੂਆਂ ਵਾਲਾ ਵਾ ਆਲੂਆਂ ਵਾਲਾ ਨਹੀਂ ਹੈਗਾ ਜਗ੍ਹਾ ਇੱਥੇ ਬਹੁਤ ਸਸਤੀ ਹੈ
ਸਸਤੀ ਜਗ੍ਹਾ ਉਹ ਭਾਈ 50 ਦਾ ਤਾਂ ਸਾਦਾ ਸਮੋਸਾ ਦੇਣ ਡਿਆ ਪਾਪੜ ਟੈਪ ਤੁਸੀਂ ਇੱਥੇ ਜਗ੍ਹਾ ਐਡੀ ਸਸਤੀ ਸਮੋਸਾ ਮਹਿੰਗਾ ਹੈ ਇੱਥੇ ਜਗ੍ਹਾ ਸਸਤੀ ਉਹ ਤੁਸੀਂ ਲੱਗਦਾ ਮਖੌਲ ਕਰਨ ਡਿਆ ਜੇ ਸਾਨੂੰ ਪਤਾ ਨਹੀਂ ਮਖੌਲ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਕਿ 4000 ਦੀ ਤੇਰੀ ਕਮੇਟੀ ਹੈ ਉਹ 4000 ਦੀ ਤੇ ਇੱਟ ਨਹੀਂ ਆਉਂਦੀ ਹੈਗੀ ਤੂੰ ਗੱਲਾਂ ਕਿੱਦਾਂ ਨਹੀਂ ਕਰੀ ਜਾਣ ਡਿਆ ਚਲੋ ਮੈਂ ਉਹ ਇੱਟ ਨਾ ਲਿਆਉਂ ਤੇ ਤਰਪਾਲ ਪਾ ਲਾ ਨਹੀਂ ਉਹ ਭਰਾ ਦਿੰਦੇ ਨਹੀਂ ਤੈਨੂੰ ਪੈਸੇ ਨਾਲ ਉਹ ਮੇਕੋ ਮਗਾਉਂਦੇ ਇੱਥੋਂ ਉੱਥੇ ਕੀ ਗੱਲ ਅੰਦਰ ਹੋਏ ਆ ਉਹ ਨਹੀਂ ਜੇਲ੍ਹ 'ਚ ਹੋਏ ਆ ਤੂੰ ਇੱਥੋਂ ਪੈਸੇ ਭੇਜਦਾ ਉਹਨਾਂ ਨੂੰ ਉਹਨਾਂ ਨੂੰ ਮੈਂ ਦੱਸਿਆ ਇੱਥੇ ਮੈਂ ਫੈਕਟਰੀ ਜਾਂ ਸਮਝਿਆ ਕਰ ਹਾਂ ਫੈਕਟਰੀ ਮੈਨੇਜਰ ਲੱਗਾ ਆ ਆਹੋ ਚੁੱਪ ਹਾਂ ਵੇਖ ਮੈਨੇਜਰ ਨੇ ਫੈਕਟਰੀ ਫੜੀ ਆ ਪੋਲੀ ਕਰਨ ਡਿਆ ਮੇਰੇ 'ਚ ਮਿਹਣਾ ਕੋਈ ਨਹੀਂ ਵਿਹਲੇ ਰਹਿਣ ਤਾਂ ਕਿਸੇ ਨੇ ਦੇਣਾ ਕੋਈ ਨਹੀਂ ਆਹੀ ਸਮਝ ਅਸੀਂ ਕਰਦੇ ਹਾਂ ਮਿਹਨਤ ਇਹਦਾ ਕੀ ਨਹੀਂ ਆਵੇ ਇਹ ਵੀ ਸ਼ੁੱਧ ਕਰਦੇ ਹਾਂ ਮੈਂ ਨਹੀਂ ਹੁਣ ਅੱਲਾ ਖੈਰ ਕਰ ਰਹੇ ਵਾ ਇਹ ਪਤਾ ਕੀ ਹੈ ਮੇਰੇ ਕੋਲ ਤੇਲ ਪਿਆ ਵਾ ਕਰਲਾਊਟ ਤੇਲ ਆ ਇਹ ਗੈਸ ਬਾਜ਼ੀ ਦਾ ਨਿਜ਼ਾਮ ਆ ਤੈਨੂੰ ਮੈਂ ਤੂੰ ਨਹੀਂ ਤਿੰਨ ਕਦਰੇ ਪਾਏ ਤੇਰਾ ਜਗੜ ਜਮ ਖੁੱਲ ਜਾਏਗਾ ਨਹੀਂ ਨਹੀਂ ਉਹ ਕੰਮ ਮੰਨ ਲਾ ਮੇਰੀ ਗੱਲ ਹਲਕਾ ਜਿਹਾ ਮੈਂ ਜਿਹੜਾ ਪੋਲ ਪਲਈਆ ਕੀਤਾ ਨਾ ਤੇ ਭਰਾ ਦੇ ਤੋਂ ਵੱਡੇ ਆ ਸਾਰੇ ਵੱਡੇ ਸਾਰੇ ਛੋਟਾ ਮੈਂ ਸਾਰਿਆਂ ਅੱਛਾ ਛੋਟਾ ਯਾਰ ਤੁਸੀਂ ਇੱਦਾਂ ਕਰੋ ਨਾ ਭਰਾ ਭਰਾ ਇਕੱਠੇ ਹੋ ਗਏ ਨਾ ਲਾਹੌਰ ਚੱਲੀਏ ਨਹੀਂ ਲਾਹੌਰ ਕੀ ਗੱਲ ਆ ਉੱਥੇ ਧਰਨੇ 'ਤੇ ਬਹਿਣਾ ਤੂੰ ਮੈਂ ਪੈਸੇ ਪਾ ਕੇ ਇਕੱਠੇ ਕਿਤੇ ਮਕਾਨ ਲੈ ਲਓ ਪੈਸੇ ਮੈਂ ਪਾਏ ਆ ਅੱਛਾ ਹਾਂ ਸਾਈਡ ਵਾਲੀ ਜੇਬ 'ਚ ਪਾਏ ਆ ਉਹਦੇ ਵਿੱਚ ਹੀ ਮਕਾਨ ਲੈ ਲਿਆ ਇੱਕ ਸਾਈਡ 'ਤੇ ਉੱਥੋਂ ਕਿਤੋਂ ਭਾ ਨਾ ਕਰ ਇੱਦਾਂ ਦੀਆਂ ਗੱਲਾਂ ਉਹ ਪਾਗਲਾ ਮੈਂ ਤੈਨੂੰ ਮਸ਼ਵਰਾ ਦੇਣ ਡਿਆ ਬੇਟਾ ਤੂੰ ਇੱਦਾਂ ਕਰ ਪੈਸੇ ਇਕੱਠੇ ਕਰਕੇ ਨਾ ਮਕਾਨ ਦੋ ਤਿੰਨ ਮਰਲੇ ਕਿਤੇ ਲੈ ਲਓ ਇਹ ਕਿਰਾਇਆ ਤੁਸੀਂ ਦੇਣਾ ਤੂੰ ਉੱਥੇ ਰਹਿ ਰਹੇ ਆ 10 ਜਣੇ ਆ ਉਹ ਤੁਸੀਂ ਮਕਾਨ ਲਿਆ ਵੇ ਸਕੂਨ ਨਾਲ ਮਜ਼ਦੂਰੀ ਕਰੋ ਆਪਣੇ ਘਰ ਜਾਓ ਗੱਲ ਸਹੀ ਹੈ ਤੇਰੀ ਭਾ ਹੁਣ ਤਾਂ ਮਹਿੰਗਾਈ ਹੈਗੀ ਹੈ 4000 ਦੀ ਤੇਰੀ ਕਮੇਟੀ ਨਿਕਲਣੀ ਹੈ ਰੌਲਾ ਤਾਂ ਪੂਰੇ ਪਾਕਿਸਤਾਨ 'ਚ ਪਾਇਆ ਹੈ ਉਹ ਨਹੀਂ ਮੈਂ ਨਹੀਂ ਕਿਸੇ ਨੂੰ ਦੱਸਿਆ ਉਹ ਤੇਰੇ ਨਾਲ ਸਿਰਫ ਗੱਲ ਕੀਤੀ ਹੈ ਮੈਂ ਤੂੰ ਤਾਂ ਜਿੰਨਾ 4000 ਨੂੰ ਅਹਿਮੀਅਤ ਦਿੰਦਾ ਮੈਨੂੰ ਲੱਗਦਾ ਜਿੱਥੇ ਤੇਰੀ ਕਮੇਟੀ ਨਿਕਲਣੀ ਹੈ ਉਸ ਘਰ ਦਾ ਵੀ ਤੂੰ ਧਿਆਨ ਰੱਖਦਾ ਹੋਣਾ ਚੱਲ ਕੋਈ ਨਹੀਂ ਭਾ ਤੂੰ ਹੋ ਗਏ ਲੈ ਜਾਣ 4000 ਲੈ ਕੀ ਤੇਰੀ ਜ਼ਿੰਦਗੀ ਬਣਾ ਦੂੰਗਾ ਮੈਂ ਜਾ ਜਾ ਇਹ ਗਰੀ ਦਾ ਆ ਨਹੀਂ ਗਰੀ ਦਾ ਤੇਲ ਆ ਨਹੀਂ ਗਰੀ ਦਾ ਨਹੀਂ ਹੈਗਾ ਗਰੀ ਦਾ ਤੇਲ ਪਤਾ ਕੀ ਆ ਤੈਨੂੰ ਮੈਂ ਇਹ ਪੂਰਾ ਕੁਰਾ ਕਰ ਯਾਰ ਇਹ ਆ ਵੇਖੀ ਯਾਰ ਸਹੀ ਦੱਸੀ ਤੇਰਾ ਨਹੀਂ ਮਜ਼ਾ ਆ ਰਿਹਾ ਭਾ ਖਿੱਚ ਪਈ ਕਿ ਨਹੀਂ ਮੈਂ ਨਾ ਪੱਠੇ ਤੇਰੇ ਤੁਰ ਪੈਣਗੇ ਅੱਛਾ ਐਨੂੰ ਇਹਦੇ ਨੂੰ ਤੁਰ ਪੈਣਗੇ ਐਨੂੰ ਨਹੀਂ ਤੁਰ ਪੈਣਗੇ ਉਹ ਜਿਹੜੀ ਇੱਥੇ ਤੁਰ ਪੈਣਾ ਇੱਥੇ ਦਰਦ ਹੁੰਦੀ ਹੈ ਸੈੱਟ ਹੋ ਜਾਏਗੀ ਆਵੇ ਇਹ ਮੈਂ ਖਿੱਚ ਰਿਹਾ ਨਾ ਐਂ ਅਤੇ ਇੱਥੋਂ ਇੰਝ ਹੋ ਰਿਹਾ ਮੈਂ ਘਰ ਤੁਰ ਕੇ ਐਨੂੰ ਚਲੇ ਜਾਣਗੇ ਉਹ ਨਹੀਂ ਨਹੀਂ ਹੈ ਵੇਖ ਕਿ ਇਹ ਬੰਦ ਕਰ ਇਹਨੂੰ ਜਰਾ ਹੈ ਸ਼ਾਬਾਸ਼ ਇਹ ਕੌਣ ਹੀ ਐਨੂੰ ਕਰ ਹੱਕ ਹੱਕ ਤਾਂ ਝਾਵਾਂ ਹੈ ਨਹੀਂ ਘਰ ਹੈ ਮੇਰੀ ਵੀਡੀਓ ਬਣਾਈ ਜਾਂਦੇ ਐਨੂੰ ਕਰ ਇਹਨੂੰ ਹਾਂਜੀ ਉਹ ਕੀ ਗੱਲ ਡਿੱਗ ਪਿਆ ਰਾਤੀ ਕਿਤੇ ਉਹ ਹੋਏ ਝੂਠਾ ਹੀ ਉਹ ਕਰੀ ਜਾਂਦਾ ਐਡੇ ਵਧੀਆ ਹੱਥ ਲਾਏ ਆ ਹੈ ਇਹ ਜੋੜ ਤੇ ਭਾ ਨਹੀਂ ਜੋੜ ਸੈੱਟ ਆ ਤੇਰਾ ਜੋੜ ਸੈੱਟ ਖੁਰਾਕਾਂ ਖਾਧੀਆਂ ਜਦੋਂ ਮੈਂ ਹਾਕੀ ਖੇਡਦਾ ਸੀ ਨਾ ਉਦੋਂ ਇਹ ਬਾਂਹ ਜਿਹੜੀ ਸੀ ਹੋਏ ਹੋਏ ਤੂੰ ਹਾਕੀ ਨਾ ਖੇਡਿਆ ਕਰ ਤੂੰ ਲੁੱਡੋ ਖੇਲਿਆ ਕਰ ਆਪੇ ਪੁੱਠੇ ਸਿੱਧੇ ਛੱਕੇ ਲੁੱਡੋ ਮੈਂ ਨਹੀਂ ਖੇਡਦਾ ਜਦੋਂ ਦਾ ਮੇਰਾ ਸੱਪ ਜਿਹੜਾ ਗੁਆਚਿਆ ਨਾ ਜਦ ਮਾਲਸ਼ੀਆ ਬਣਿਆ ਉਦੋਂ ਮੈਂ ਲੁੱਡੋ ਛੱਡਤੀ ਉਹ ਨਾ ਭਾ ਤੂੰ ਤਾਂ ਮਖੌਲ ਕਰਨ ਲੱਗ ਨਹੀਂ ਮਖੌਲ ਨਹੀਂ ਹੈ ਵੀ ਤੂੰ ਮੈਂ ਲੁੱਡੋ ਮੈਨੂੰ ਕਰ ਉਹ ਵੀ ਬਾਂਹ ਕਰ ਬੁਰਾ ਕਰ ਆਹ ਤਾਂ ਪਹਿਲਾਂ ਘੋਟਲਾ ਇਹਨੂੰ ਮਹੀਨਾ ਹੋ ਗਿਆ ਅੱਛਾ ਹਾਂ ਇਹ ਕੁੱਟੀ ਜਾਵਾਂ ਹਾਲੇ ਗੱਲਾਂ ਕਰਨ ਡੇ ਆ ਆਪ ਤਾਂ ਡਰੈਸ ਲਿਖਾਇਆ ਕਿਉਂ ਮਸਤਾ ਮੈਂ ਕੀ ਲਿਖਾਇਆ ਪਾਗਲ ਆ ਮੈਂ ਭੁੱਲ ਜਾਂਦਾ ਜਾਂਦਾ ਮੈਂ ਕਿਹਾ ਪਤਾ ਮਕਾਨ ਨੰਬਰ ਲਿਖਾਇਆ ਮੈਂ ਮਕਾਨ ਨੰਬਰ ਲਿਖਾਇਆ ਐਡਾ ਹੋਰ ਸੁਣਾ ਕੋ ਨਵੀਂ ਤਾਜ਼ੀ ਨਵੀਂ ਤਾਜ਼ੀ ਬਸ ਭਾ ਇੱਥੇ ਰੁਪਈਆ ਮੈਂ 10,000 ਦੇਣਾ ਇੱਕ ਬੰਦੇ ਦਾ ਇੱਥੇ ਹਾਂ ਉਹ ਦੇ ਕੇ ਮੈਂ ਫਿਰ ਚੱਲ ਜਾਣਾ ਵਾਪਸ ਚੰਨੂ ਨਹੀਂ ਤਾਂ ਤੂੰ ਉੱਦਾਂ ਹੀ ਚੰਨੂ ਚੱਲ ਜਾ ਨਾ ਦੇ ਉਹਨੂੰ ਨਹੀਂ ਨਹੀਂ ਦੇਣੇ ਪੈਸੇ ਲਾਜ਼ਮੀ ਦੇਣੇ ਕਿਉਂਕਿ ਜਿਹੜੀ ਬੰਦੇ ਦੀ ਜ਼ਬਾਨ ਹੁੰਦੀ ਹੈ ਨਾ ਉਹ ਹੀ ਸਭ ਕੁਛ ਹੁੰਦਾ ਜੀ ਮੈਂ 10,000 ਰੁਪਈਆ ਉਹਦਾ ਦੇ ਕੇ ਮੈਂ ਚੰਨੂ ਫਿਰ ਵਾਹੀ ਵੀਜੀ ਕਰਿਆ ਕਰਨੀ ਨਹੀਂ ਤਾਂ ਤੂੰ 4000 ਦੀ ਤੇਰੀ ਕਮੇਟੀ ਹੈ ਹਾਂ 6 ਘੱਟਦਾ ਉਹ ਮੈਂ ਤੇਰੇ ਕੋਲ ਲੈ ਕੇ ਤੇ ਮੈਂ ਚੱਲ ਜਾਣਾ ਵਾਪਸ ਮੇਰੇ ਕੋਲ ਕਾਹਦੇ ਲੈ ਲੈਣਾ ਕੀ ਗੱਲ ਆ ਤੇਰੀ ਮਾਲਿਸ਼ ਕਰਨ ਡਿਆ ਲੈ ਮਾਲਿਸ਼ ਕਰਨੀ ਹੈ ਬੜੀ ਮੈਂ ਕਦੀ ਵੀ ਨਾ ਤੈਨੂੰ ਉਹ ਜਿੰਨੀ ਦੇਰ ਭਾਅ ਤੇਰੀ ਮਾਲਿਸ਼ ਕਰਦੇ ਨੇ ਉਹ ਇੰਨੀ ਦੇਰ 'ਚ ਕਮਰਾ ਪਲਸਤਰ ਹੋ ਜਾਂਦਾ ਤੂੰ ਰੁਪਈਆ 6000 ਦੇਣ ਤੋਂ ਡਰਨ ਡਿਆ ਕਿਹਨੂੰ 6000 ਦੇਵਾਂ ਮੈਨੂੰ ਦੇਣਾ ਪੂਰੇ ਸਾਲ ਦਾ ਨਹੀਂ ਸਾਲ ਦਾ ਕੀ ਸਾਲ ਮੈਂ ਘਟਾਵਾਂ ਦੇਖੋ ਤਾਂ ਤੈਨੂੰ 6000 ਦੇ ਦੇਵਾਂ ਅਸੀਂ ਮਿਹਨਤ ਕਰਨ ਡਿਆ ਤੇਰਾ ਪੱਠਾ ਖੋਲਦਾ ਮੈਂ ਤੂੰ ਕਿਹੜੀ ਇੱਥੇ ਪੱਥਰ ਲਾਉਣ ਡਿਆ ਤੇਰਾ ਬੰਦ ਪੱਠਾ ਖੋਲਦਾ ਮੈਂ ਲੈ ਬੰਦ ਪੱਠੇ ਦੇ ਵਿੱਚ ਬੜੇ ਮੈਂ ਪੈਸੇ ਰੱਖੇ ਸੀ ਵੀ ਫੌਰੀ ਮੈਂ ਚੁੱਕ ਲਏ ਆ ਵਿੱਚੋਂ ਬੰਦ ਪੱਠਾ ਆ ਦਿਓ ਕੋ ਪੈਸਾ ਵੀ ਅਸੀਂ ਜਾ ਕੇ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਕਰੀਏ ਕੋਈ ਨਹੀਂ ਅਜੇ ਘੁੱਟ ਤੇਰਾ 2-4 ਘੰਟੇ ਵੀ ਤੈਨੂੰ ਦੱਸ ਦੇ 2-4 ਘੰਟੇ ਕਿਉਂ ਕੀ ਗੱਲ ਮੈਂ ਘੁੱਟ ਦਵਾਂ ਤੈਨੂੰ ਫਿਰ ਨਹੀਂ 2-4 ਘੰਟੇ ਕੀ ਮੈਂ ਘੁੱਟ ਦਿੰਦਾ ਤੈਨੂੰ ਮੈਂ ਘੁੱਟਦਾ ਵਾਂ ਲੇਕਿਨ 2-4 ਘੰਟੇ ਕੋਈ ਬੰਦਾ ਕੋਈ ਗੱਲ ਕਰਨ ਲੱਗਾ ਵੀ ਸੋਚ ਨਹੀਂ ਉਹ ਸਾਰੀ ਰਾਤ ਉਹਨੇ ਘੁੱਟਿਆ ਤੇ ਉਹਨੂੰ ਮੈਂ 50 ਰੁਪਏ ਤੇ ਬੜਾ ਖੁਸ਼ ਗਿਆ ਕਿੱਥੋਂ 50 ਲੈਣ ਦੇ ਤੂੰ $50 ਦੇ ਦਿੱਤੇ ਉਹਨੂੰ ਤੂੰ 50 ਹੀ ਸੁਣਾਈ ਜਾਂਦਾ ਤੂੰ ਭਾ
ਹੁਣ ਤੈਨੂੰ ਮੈਂ ਕੀ ਕਰਾਂ ਤੈਨੂੰ ਤੇਰੇ ਕਿੰਨੇ ਦੇ 50 ਰੁਪਏ ਜੁੱਤੀ ਪਾਤਸ਼ਾਹ 100 ਲੈਣ ਡਿਆ ਤੂੰ 50 ਰੁਪਏ ਦੇ ਕੇ ਖੁਸ਼ ਹੋਇਆ ਤੈਨੂੰ 60,000 ਦੇ ਦਵਾਂ ਅੱਲਾ ਤੇਰਾ ਭਲਾ ਕਰੇ ਹਾਂ ਵੀ ਤੂੰ ਸਾਰੀ ਜ਼ਿੰਦਗੀ ਫਿਰ ਮੇਰੀ ਮਾਲਿਸ਼ ਕਰੇਗਾ ਤੇ ਤੇਰੀ ਮਾਲ ਸਾਰੀ ਜ਼ਿੰਦਗੀ ਕਿਉਂ ਕਰਨੀ ਹਾਂ 60 ਨਹੀਂ ਦਿੱਤਾ ਨਹੀਂ ਮੈਂ ਅਗਲੇ ਮਾਲਿਸ਼ ਤੇਰਾ ਗਲ ਮਾਲ ਦੇਣਾ ਰੌਲਾ ਨੂੰ ਵੇਟ ਦੇਣਾ ਤੇਰਾ ਰੌਲਾ ਨੂੰ ਵੇਟ ਦੇਣਾ ਆਹ ਫੜ ਤੇਰਾ ਪਿੱਛੋਂ ਆ ਕੇ ਮੋੜ ਕੀ ਗੱਲ ਪਿੱਛੇ ਕਿਤੇ ਡਾਕੂ ਪਾਏ ਪਿੱਛੇ ਆ ਪਿੱਛੇ ਫੜ ਆ ਕੇ ਇਹ ਕੰਦੇ ਫੜ ਤੇਰਾ ਤੇਲ ਪਾਵਾਂ ਹੈ ਤੇਲ ਪਾਵਾਂ ਨਹੀਂ ਤੇਲ ਮੈਂ ਕਿਤੇ ਫਸ ਕੇ ਚੱਲਣ ਡਿਆ ਹੁਣ ਬਸ ਆ ਫੜ ਜਾਣ ਨਾ ਤੇਰਾ ਉਹ ਹਲਾਈ ਜਾਂਦਾ ਕੀ ਗੱਲ ਕੀ ਆ ਢੇਲਿਆਂ ਦੀ ਸਫੈਦੀ ਸਿੱਟੀ ਮੇਰੇ 'ਚ ਹਲਾਈ ਜਾਂਦਾ ਭਾਅ ਤੂੰ ਕਿਹੜਾ ਪਾਣੀ ਪੀਣ ਡਿਆ ਪਾਣੀ ਪੀਣ ਡਿਆ ਲੱਗਾ ਥੱਲੇ ਤੱਕ ਜਾ ਜ਼ਰਾ ਥੱਲੇ ਕੀ ਗੱਲ ਕੋਈ ਖਤਰਾ ਥੱਲੇ ਕੋਈ ਉਹ ਥੱਲੇ ਲੱਗ ਨੂੰ ਹੱਥ ਮਾਰ ਲੱਕ ਨੂੰ ਹੱਥ ਮਾਰ ਉਹ ਵੈਰੀ ਗੁੱਡ ਲਓ ਭਾਈ ਜਾਨ ਇੱਕ ਮਿੰਟ ਹੈ ਨਹੀਂ ਭਾਅ ਤੇਰਾ ਸਾਹ ਬੰਦ ਕਰਕੇ ਰੱਖ ਵੈਰੀ ਗੁੱਡ ਇੱਦਾਂ ਹੀ ਇਹ ਕੀ ਹੋਏ ਹੋਏ ਕੀ ਗੱਲ ਕਿੱਕ ਮਾਰਤੀ ਆ ਮੈਂ ਇੱਥੇ ਛੱਡੀ ਯਾਰ ਭਾਅ ਇੱਕ ਮਿੰਟ ਇਹ ਲਓ ਭਾਈ ਜਾਨ ਕੀ ਹੋਇਆ ਓਕੇ ਦੀ ਰਿਪੋਰਟ ਕੀ ਹੋਇਆ ਕੀ ਆ ਹੋਇਆ ਬੱਸ ਹੁਣ ਹੈ ਹੈ ਕੀ ਹੋਇਆ ਹੁਣ ਤਾਂ ਤੂੰ ਮੈਨੂੰ ਘੁੱਟਣ ਲੱਗਾ ਆ ਹੈ ਆ ਹੁਣ ਤਾਂ ਤੂੰ ਮੈਨੂੰ ਘੁੱਟਣ ਲੱਗਾ ਆ ਇਹ ਗੱਲ ਅੱਖ ਹੁਣ ਖੁੱਲੀ ਤੁਹਾਡੀ ਆ ਮੇਰੇ ਪੋਟੇ ਰਹਿ ਗਏ ਤੁਹਾਨੂੰ ਘੁੱਟ ਘੁੱਟ ਕੇ ਪੋਟੇ ਕਹਿੰਦਾ ਰਹਿ ਗਏ ਤੇਰੇ ਆ ਤੁਹਾਨੂੰ ਘੁੱਟਣ ਡਿਆ ਉਦੋਂ ਦਾ ਮੈਂ ਆਹ ਤੂੰ ਘੁੱਟਣ ਡਿਆ ਤੇ ਘੁੱਟ ਤਾਂ ਸਹੀ ਤੂੰ ਤੇ ਘੁੱਟਿਆ ਹੀ ਆ ਮੈਂ ਹਜੇ 10 ਮਿੰਟ ਵੀ ਨਹੀਂ ਹੋਏ ਹੈਗੇ ਯਾਰ ਹੈਂਜੀ ਆਹੋ ਉਹ ਮੈਨੂੰ 1.5 ਘੰਟਾ ਹੋ ਗਿਆ 1.5 ਘੰਟਾ ਤੂੰ ਕਿੱਥੋਂ ਤੂੰ ਹੋ ਗਿਆ ਆ ਤੇਰੀ ਘੜੀ ਖਰਾਬ ਆ ਭਾਈ 1.5 ਘੰਟਾ ਹੋ ਗਿਆ ਤੈਨੂੰ ਤੁਹਾਡੀ ਨੀਅਤ ਖਰਾਬ ਲੱਗਦੀ ਨੀਅਤ ਖਰਾਬ ਆ ਤੇਰੀ ਪੈਸੇ ਤੋਰੋ ਉਹ ਹੋ ਗਿਆ ਹੁਣ ਡਿਆ ਗਾਹਕ ਪੈਸੇ ਤੋਰੋ ਕੋਈ ਪੈਸੇ ਨਹੀਂ ਹੈਗੇ ਲੈ ਆ ਫੇ ਮੇਰੀਆਂ ਘੁੱਟ ਦਿਓ ਜੋ ਤੇਰੀਆਂ ਉਹ ਘੁੱਟੋ ਕੀ ਗੱਲ ਆ ਆ ਫੇ ਪੈਸੇ ਦਿਓ ਇੱਥੇ ਬਹਿ ਗਏ ਬਹਿ ਗਏ ਆ ਬੈਠੇ ਤੇ ਇੰਜ ਵੀ ਜਿੱਦਾਂ 6 ਗੱਡੀਆਂ ਦਾ ਹਿਸਾਬ ਹੋਣ ਡਿਆ ਹੁੰਦਾ ਤੈਨੂੰ ਮੈਂ 30 ਰੁਪਏ ਦਿੰਦਾ ਹੈ ਮੁੰਡਾ ਆਉਂਦਾ ਤੈਨੂੰ 30 ਰੁਪਏ ਦਿੰਦਾ ਇਹ ਮੇਰੇ ਕੋਲ ਕੁਲਫੀ ਖਾਧੀ 30 ਰੁਪਏ ਦਿੰਦਾ ਮੈਂ ਕਿਤੇ ਲੱਛਾ ਲੈ ਲਿਆ ਮੇਰੇ ਕੋਲ 30 ਰੁਪਈਏ 2 ਲੱਖ ਦੇ ਦੇਵਾਂ ਤੈਨੂੰ ਨਹੀਂ ਪਤਾ ਕੀ ਹੈ ਤੂੰ ਭਰਾ ਆ ਸਾਡਾ ਚੌਰੀ ਤੈਨੂੰ ਪਤਾ ਕੀ ਹੈ 2 ਲੱਖ ਲੈ ਲਾ ਯਾਰ ਤੂੰ ਘੁੱਟ ਕੇ ਹਟਿਆ ਰੁਪਈਆ 800 ਦੇ ਦੇ ਚੁੱਪ ਕਰ ਲੈ ਹਟ ਕੇ ਦੇ ਦੇ ਤੇ ਕੋਈ ਸੂਟ ਲੈ ਕੇ ਹਟਿਆ ਮੈਂ ਵੀ ਦੇਖੋ ਮੈਂ ਲਾਉਣ ਦਾ ਸੂਟ ਚੱਲ ਤੇਰਾ ਕੀ ਜਾਣਾ 800 ਦੇ ਕੋ ਅਸੀਂ ਕਰੋ ਨਹੀਂ ਮੇਰਾ ਕਿਉਂ ਜਾਣਾ ਜਿੰਨੇ ਬਣਦੇ ਉਹਨੇ ਦੇਵਾਂਗੇ ਮੁੰਡਾ ਉਹਨਾਂ ਤੈਨੂੰ 30 ਰੁਪਏ ਦਿੰਦਾ ਮੁੰਡਾ ਕਿਤੇ ਬਾਹਰਲੇ ਸਾਊਦੀਆ 'ਚ ਆਉਣਾ ਨਹੀਂ ਉਹ ਮੈਂ ਭੇਜਿਆ ਤੇਰਾ ਕੰਮ ਆ ਜਾਂਦਾ ਨਹੀਂ ਮੈਂ ਏਅਰਪੋਰਟ ਤੋਂ ਰਹਿਮ ਜਾ ਕੇ ਬੱਚੇ ਨੂੰ ਨਹੀਂ ਏਅਰਪੋਰਟ ਤੋਂ ਕਿਉਂ ਆਉਂਦਾ ਤੈਨੂੰ ਪੈਸੇ ਦੇਣੇ ਦਿਓ ਪੈਸੇ ਹੁਣ ਅਸੀਂ ਜਾਈਏ ਘਰਾਂ ਨੂੰ ਟਾਈਮ ਬਹੁਤ ਹੋਣ ਡਿਆ ਉਹ ਮੁੰਡਾ ਆਉਂਦਾ ਮੈਂ ਤੈਨੂੰ 30 ਰੁਪਏ ਦਿੰਦਾ ਯਾਰ ਤੇ ਤੁਸੀਂ ਘਰੋਂ ਖਾਲੀ ਜੇਬ ਹੀ ਨਿਕਲੇ ਹੁਣ ਮੈਂ ਜੇਬ 'ਚ ਪਿਸਤੌਲ ਪਾ ਲਿਆ ਵਾਂ ਹਾਂ ਵੀ ਖਾਲੀ ਜੇਬ 'ਤੇ ਬੱਜਰੀ ਪਾ ਲਿਆ ਵਾਂ ਇੱਟਾਂ ਪਾ ਲਵਾਂ ਥੌੜੀ ਪਾ ਲਵਾਂ ਜਿੱਡਾ ਤੇਰਾ ਪਿੰਡ ਆ ਤੂੰ ਤਾਂ ਵੈਸੇ ਆਪਣੇ ਆਪ ਨੂੰ ਝਾੜੇ 2-3 ਹਜ਼ਾਰ ਨਿਕਲੇ ਮੁੰਡਾ ਆਉਂਦਾ ਤੈਨੂੰ ਪੈਸੇ ਦੇ ਦਿੰਦੇ ਬੱਚੇ ਨੂੰ ਬੁਲਾ ਲਾ ਬੱਚਾ ਕਿਤੇ ਗੋਮੇ ਚਲ ਗਿਆ ਗੋਮੇ ਚਲ ਗਿਆ ਗਿਆ ਪੈਸੇ ਲੈਣ ਗਿਆ ਘਰੋਂ ਕਰਾਉਣੀਆਂ ਮਾਲਿਸ਼ਾਂ ਤੇ ਜੇਬ 'ਚ ਕੱਖ ਵੀ ਨਹੀਂ ਪੈਸੇ ਲੈਣ ਗਿਆ ਤੈਨੂੰ ਸਮਝ ਨਹੀਂ ਆਉਣ ਡਈ ਘਰੋਂ ਪੈਸੇ ਲੈਣ ਗਿਆ ਗੱਲਾਂ ਕਰਨੇ ਆ ਤੇ ਤੁਸੀਂ ਵੀ ਤਾਂ ਕਰਾਉਣੇ ਆ 10 ਮਿੰਟ ਦੇ ਵਿੱਚ ਤੂੰ ਹੱਥ ਫੁੱਟੇ ਸਿੱਧੇ ਮਾਰ ਕੇ ਪੈਸੇ ਮੰਗਣੇ ਆ ਇਹ 15 ਸਾਲ ਦਾ ਤਜਰਬਾ ਵਾ 15 ਸਾਲ ਦਾ ਤਜਰਬਾ ਆਇਆ ਫੇਰ ਨਹੀਂ ਕਰ ਆ ਵੇਖ ਤੂੰ ਕਰਕੇ ਵਿਖਾ ਇਦਾਂ ਸਰ ਦਾ ਤੇਲ ਪਾ ਕੇ ਨੂੰ ਇੰਜ ਕੀਤਾ ਮੈਂ ਸਕੂਨ ਆਇਆ ਕਿ ਨਹੀਂ ਨਹੀਂ ਗੁਜ਼ਰਾ ਨਹੀਂ ਆਇਆ ਯਾਰਾ ਨਹੀਂ ਆਇਆ ਤੁਹਾਨੂੰ ਆਉਣਾ ਵੀ ਨਹੀਂ ਹੈਗਾ ਆ ਦਿਓ ਪੈਸੇ ਹਾਂ ਜੇਬ 'ਚ ਮੱਛੀ ਖਾਣ ਲਈ ਪੈਸੇ ਹੈ ਨਹੀਂ ਤੁਰਿਆ ਕਿੱਦਾਂ ਫਿਰਦਾ ਤੇਰੇ ਵਰਗਾ ਬੰਦਾ ਤਾਂ ਭੱਲੇ ਨਹੀਂ ਖਾ ਸਕਦਾ ਕਿਉਂ ਕੀ ਗੱਲ ਖਾਲੀ ਜੇਬ ਨਿਕਲਣਾ ਤੇਰਾ ਕਿਹੜਾ ਕਾਰਡ ਬਣਿਆ ਮਿਹਰਬਾਨੀ ਨਾਲ ਹਰ ਚੀਜ਼ ਫਰਿੱਜ ਦੇ ਵਿੱਚ ਆ ਲੋਕਾਂ ਦੇ ਫਰੂਟ ਵੀ ਘਰ ਆ ਭੱਲੇ ਵੀ ਆ ਹੁਣ ਕਰੇਲੇ ਗੋਸ਼ਤ ਬਣਾਏ ਸੀ ਕਿਤੇ ਚਾਟ ਤਾਂ ਨਹੀਂ ਲਾਉਂਦਾ ਤੂੰ ਸਭ ਕੁਝ ਘਰ ਰੱਖਿਆ ਨਹੀਂ ਚਾਟ ਕੇ ਲਾਉਂਦਾ ਹੈ ਰੇੜੀ ਲਾਉਂਦਾ ਉਹ ਚਾਟ ਲਾਉਂਦਾ ਹੈ ਕਿ ਮੈਂ ਜਿਹੜਾ ਤੇਰੇ ਅਗਾ ਬੋਲੇ ਤਾਂ ਚਲੋ ਜਾਓ ਬੱਚੇ ਨੂੰ ਫੋਨ ਕਰੋ ਕਿਤੇ ਜਾਓ ਕੋਈ ਨਹੀਂ ਆ ਜਾਂਦਾ ਚਲੋ ਉੱਠੋ ਫੇ ਅੱਲਾ ਦੀ ਸਪੁਰਦ ਓ ਯਾਰ ਕੀ ਹੋ ਗਈ ਆ ਤੇਰੇ ਤਮੀਜ਼ ਨਹੀਂ ਹੈਗੀ ਅਸੀਂ ਕਿਤੇ ਹੋਰ ਖਾਏਗਾ ਮੇਰੇ ਕੋਲ ਰੋਜ਼ੀ ਕਿਤੇ ਮੱਥੇ ਲੱਗੀ ਏ ਲੈ ਰੋਜ਼ੀ ਦੇ ਮੱਥੇ ਲੱਗਾ ਤੂੰ ਬੜੀ ਇੱਥੇ ਸਪੇਅਰ ਪਾਰਟ ਦੀ ਦੁਕਾਨ ਬਣਾਈ ਇਹ ਬੰਦਾ ਘਰੋਂ ਪੈਸੇ ਲੈ ਕੇ ਨਿਕਲਦਾ ਖਾਲੀ ਤੁਰ ਪਏ ਕਾਰਡ ਬਣਿਆ ਤੁਹਾਡਾ ਮਾਲਿਸ਼ ਦਾ ਉਹ ਖਾਲੀ ਹੁਣ ਮੈਂ ਬੰਦੂਕਾਂ ਲੈ ਕੇ ਤੁਰ ਪਾਵਾਂ ਗਾਰਡ ਲੈ ਆਵਾਂ ਨਾਲ ਵੀ ਮੈਂ ਘਟਾਉਣ ਚੱਲਾ ਆ ਜਾਓ ਮਾਲਿਸ਼ ਇਹਦੇ ਕੋਲ ਆ ਤੁਸੀਂ ਗਵਰਨਮੈਂਟ ਨੂੰ ਕਹੋ ਸਿਹਤ ਕਾਰਡ ਤੁਸੀਂ ਗਵਰਨਮੈਂਟ ਨੂੰ ਕਹੋ ਸਿਹਤ ਕਾਰਡ ਬੰਦ ਕਰਕੇ ਮਾਲਿਸ਼ ਕਾਰਡ ਵੀ ਬਣਾ ਦੇਣ ਕਿੱਡਾ ਪਿੰਡਾ ਉਦਾਂ ਹੀ ਉੱਠੋ ਬੇਤਰਤੀਬਾ ਜਾਂਦੀ ਜਾਂਦਾ ਗੱਲਾਂ ਕਰਨੇ ਆ ਇੰਨੀ ਐਡੀ ਮੋਟੀ ਕਰਾਈ ਆ ਪਤਾ ਨਹੀਂ ਕੱਚਾ ਆਟਾ ਖਾਂਦਾ ਵਾ ਜੇਬ 'ਚ ਪੈਸਾ ਵੀ ਨਹੀਂ ਹੈਗਾ ਚੱਲ ਲੈ ਕੇ ਚੱਲ ਚੱਲ ਲੈ ਕੇ ਚੱਲ ਬਕਵਾਸ ਕਰੀ ਜਾਂਦਾ ਤੂੰ ਬੇਟਾਮੀਆਂ ਮਾਲਿਸ਼ਾਂ ਕਰਾਈ ਜਾਂਦਾ ਕਿਤੇ ਘਰੋਂ ਪੈਸੇ ਲੈ ਕੇ ਨਿਕਲੀ ਦਾ ਹੁੰਦਾ ਪੈਸੇ ਲੈ ਕੇ ਕੀ ਗੱਲ ਆ ਮੈਂ ਗੱਦੇ ਖਰੀਦੇ ਆ ਇੱਥੇ ਗੱਦੇ ਖਰੀਦੇ ਮੈਂ 6 ਬਿਸਤਰੇ ਲਏ ਆ ਤੇ ਕੋਈ ਪੈਸੇ ਪਾ ਕੇ ਲੈ ਗਿਆ ਮੈਂ ਤੇਲ ਪਾ ਮੇਰੇ ਸਿਰ 'ਚ ਤੇਰੇ ਸਿਰ 'ਚ ਮਾਲਿਸ਼ ਨਾ ਹੋਰ ਤੂੰ ਮਾਲਿਸ਼ ਹੀ ਆਇਆ ਅਗਨਾ ਲਾਦਮਾ ਤੇਰੇ ਸਿਰ 'ਚ ਤੇਲ ਪਾ ਕੇ
ਬਕਵਾਸ ਕਰਨ ਲਈ ਆਇਆ ਬਕਵਾਸ ਕਰਨ ਲਈ ਮੈਂ ਥੱਪੜ ਮਾਰਾਂਗਾ ਇਧਰ ਨੂੰ ਗੁੱਗੂ ਗੱਲ ਕੀਤੀ ਰੁਪਈਆ ਤੇਰੀ ਜੇਬ 'ਚ ਨਹੀਂ ਹੈਗਾ ਰੁਪਈਆ ਜੇਬ ਵੀ ਚਵਲੇ ਜੀ ਤੂੰ ਸੁਨਿਆਰਾ ਆਇਆ ਕਹਿੰਦਾ ਮੌਰਾਂ 'ਚ ਹੱਥ ਮਾਰ ਤੇਰੇ ਮੌਰਾਂ 'ਚ ਮੈਂ ਤਲਵਾਰ ਮਾਰ ਦੇਣੀ ਸੀ ਮੈਨੂੰ ਪਤਾ ਹੁੰਦਾ ਤੂੰ ਆਹ ਹਰਕਤ ਕਰਨੀ ਹਰਕਤ ਕਰਨੀ ਹੈ ਵੀ ਤੂੰ ਸੁਨਿਆਰਾ ਮੈਂ ਤੇ ਗੋਬਾਲੀਆਂ ਲੈਣ ਆਇਆ ਮਿੱਟੀ ਦੇ ਤੇਲ ਨਾਲ ਮਾਲਿਸ਼ ਕਰਾਇਆ ਕਰ ਤੂੰ ਸਰੋਂ ਦਾ ਤੇਲ ਨਹੀਂ ਤੈਨੂੰ ਮਾਫਕ ਪਾਗਲ ਹੋ ਗਿਆ ਦੀ ਘਰ ਜਿਹਨਾਂ ਨੇ ਤੈਨੂੰ ਜੰਮਿਆ ਉਹਨਾਂ ਦੇ ਘਰ ਤੂੰ ਨਾ ਪੈਸੇ ਦੀ ਪਿੰਡੇ ਨੂੰ ਸਰਾਣਾ ਖੇ ਸਿੰਜ ਲਿਆ ਜੋ ਘਰੋਂ ਜੁਦਾ ਹੋ ਗਿਆ ਉਹਨਾਂ ਤੋਂ ਜੁਦਾ ਹੋ ਗਿਆ ਇੱਥੇ ਗੱਲਾਂ ਕਰੀ ਬਹਿ ਕੇ ਗਾਂ ਤੂੰ ਨਹੀਂ ਇਸ ਇਲਾਕੇ 'ਚ ਬਣਨਾ ਤੇਰੇ ਦੁੱਖੋਂ ਤੂੰ ਇੱਧਰ ਵੜੀ ਵੀ ਨਾ ਐਵੇਂ ਮਾਰ ਖਾਏਗਾ ਇੱਥੋਂ ਗਾਂ ਤਾਂ ਤੂੰ ਮਾਲਿਸ਼ ਕਰਾਉਣੀ ਫਿਰ ਰੋਡ 'ਤੇ ਹੀ ਇੱਥੇ ਬਲਡੋਜ਼ਰ ਚੱਲਦਾ ਥੱਲੇ ਲੰਮਾ ਪੈ ਤੇਰੀ ਮਾਲਿਸ਼ ਕਰ ਦੂਗਾ ਚੱਲ ਜਾ ਕੈਸਾ ਚੱਲ ਦਫਾ ਗੱਲਾਂ ਕਰਨ ਡੇ ਆ ਤੂੰ ਬਹਿ ਗਿਆ ਚੌਂਕ ਮੱਲ ਕੇ ਵੱਡੀ ਮੱਝ ਬੰਨੀ ਚੌਂਕ ਬਿਸਤਰਾ ਕਿ ਤੇਰਾ ਨਿਆਣਾ ਆ ਇਹਨੂੰ ਥੱਲੇ ਰੱਖ ਦੇ ਚੁੱਪ ਕਰ ਇਹ ਰੋਂਦਾ ਆ ਚੁੱਪ ਰੁਪਈਆ ਇੱਕ ਦਿੰਦਾ ਤੁਕ ਦੋ ਬੇਟੇ ਮੂੰਹ ਤੇਰੇ ਮਾਲਿਸ਼ ਕਰਨ 'ਤੇ ਲੈ ਮਾਲਿਸ਼ ਬਲਕੇ ਵੇਚ ਲਾ ਇੱਥੇ ਮਾਲਿਸ਼